ਜੀ ਵੀ ਦੇਖ ਰਹੇ ਮੇਰੇ ਪਿਆਰੇ ਵੀਰੋ, ਮੇਰੇ ਪਿਆਰੇ ਭੈਣੋ, ਮੇਰੇ ਪਿਆਰੇ ਦੋਸਤੋ, ਮੇਰੇ ਵੱਲੋਂ ਭਗਵੰਤ ਸਿੰਘ ਨੂੰ, ਆਪ ਸਭ ਜੀ ਨੂੰ ਜੈ ਗੁਰਦੇਵ, ਜੈ ਭੀਮ, ਜੈ ਇਨਸਾਨ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਭ ਰਾਜ਼ੀ ਖੁਸ਼ੀ ਹੋਵੋਗੇ। ਅੱਜ ਦਾ ਮੈਂ ਆਪ ਸਭ ਦਾ ਸਵਾਗਤ ਕਰਦਾ ਕਾਂਸੀ ਟੀ ਵੀ ਦੇ ਪ੍ਰੋਗਰਾਮ ਭਖ ਦੇ ਮਸਲੇ ਵਿੱਚ। ਅੱਜ ਸਭ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਆਪਣੇ ਸਾਰੇ ਵੀਰਾਂ, ਆਪਣੀਆਂ ਸਾਰੀਆਂ ਭੈਣਾਂ ਜਿਨ੍ਹਾਂ ਨੇ ਕੱਲ੍ਹ ਰੱਖੀ ਦਾ ਤਿਉਹਾਰ ਮਨਾਇਆ, ਰਕਸ਼ਾ ਬੰਧਨ, ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਦੋਸਤੋ, ਇੱਕ ਰਕਸ਼ਾ ਬੰਧਨ ਕਹਿ ਲਓ, ਰਾਖੜੀ ਕਹਿ ਲਓ, ਜਾਂ ਰੱਖੜ ਪੁੰਨਿਆ ਕਹਿ ਕੇ ਆਪਾਂ ਮਨਾਉਂਦੇ ਹਾਂ, ਅਤੇ ਇਹਦੇ 'ਚ ਸਾਡਾ ਭੈਣ ਭਾਈਆਂ ਦਾ ਪਿਆਰ ਜੁੜਿਆ ਹੋਇਆ, ਅਤੇ ਰੱਖੜੀ ਬੰਨ੍ਹਣ ਨਾਲ, ਇਸ ਬਹਾਨੇ ਨਾਲ ਜਿਹੜਾ ਭੈਣਾਂ ਭਾਈਆਂ ਦਾ ਕੋਈ ਗਿਲਾ ਸ਼ਿਕਵਾ ਹੁੰਦਾ, ਜਦੋਂ ਆ ਕੇ ਜਾਂਦੇ ਹਾਂ ਇੱਕ ਦੂਸਰੇ ਦੇ, ਅਸੀਂ ਉਹ ਦੂਰ ਹੋ ਜਾਂਦੇ ਹਾਂ। ਪਰ ਇਸ ਦੇ ਬਾਵਜੂਦ ਵੀ ਬਹੁਤ ਕੁਛ ਆ ਜਿਹੜੇ ਸਾਡੇ ਫਿਰ ਵੀ ਭੈਣ ਭਾਈ ਆ, ਕਈ ਗੱਲਾਂ ਤੋਂ ਜਿਹੜੀਆਂ ਨਿੱਕੀ ਨਿੱਕੀ ਗੱਲਾਂ ਹੁੰਦੀਆਂ, ਕਈ ਵਾਰ ਆਪਸ 'ਚ ਲੜਦੇ ਰਹਿੰਦੇ ਨੇ, ਕੇਸ ਚੱਲਦੇ ਨੇ, ਅਤੇ ਕਈ ਤਰ੍ਹਾਂ ਦਾ ਆ। ਅਤੇ ਕੁਝ ਲੋਕਾਂ ਦੇ ਰੱਖੜੀ ਦੇ ਬਾਰੇ ਅਲੱਗ ਅਲੱਗ ਵਿਚਾਰ ਨੇ ਕਿ ਇਸ ਦੇ ਵਿੱਚ ਜਿਹੜੀ ਔਰਤ ਆ, ਭੈਣ ਆ, ਉਸ ਨੂੰ ਬੇਟੀ ਨੂੰ ਕਮਜ਼ੋਰ ਦਿਖਾਇਆ ਜਾਂਦਾ, ਉਸ ਨੂੰ ਮਦਦ ਲੈਣ ਲਈ ਕਿਹਾ ਜਾਂਦਾ, ਉਸ ਨੂੰ ਇਹ ਦਰਸਾਇਆ ਜਾਂਦਾ ਵੀ ਤੂੰ ਸਾਡੇ ਆਸਰੇ 'ਤੇ ਵਸਦੀ ਹੈ, ਸਾਡਾ ਸਾਨੂੰ ਆਸਰਾ ਹੈ। ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਹੈਗੀਆਂ ਨੇ ਜਿਹੜੀਆਂ ਅਲੱਗ ਅਲੱਗ ਜਿਹੜੇ ਸੋਸ਼ਲ ਸਾਇੰਟਿਸਟ ਹੈਗੇ ਨੇ, ਉਹਨਾਂ ਦੇ ਆਪਣੇ ਅਲੱਗ ਅਲੱਗ ਵਿਚਾਰ ਨੇ, ਇਸ 'ਤੇ ਫਿਰ ਕਿਤੇ ਵਿਚਾਰ ਕਰਾਂਗੇ। ਪਰ ਇਸ ਦੇ ਬਾਵਜੂਦ ਵੀ ਮੈਂ ਆਪ ਸਭ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਮਨਾਇਆ। ਸਾਡੇ ਲਗਭਗ ਜਿਹੜਾ ਸਿੱਖਾਂ ਦੇ ਵਿੱਚ, ਸਾਡੇ ਹਿੰਦੂਆਂ ਦੇ ਵਿੱਚ ਲਗਭਗ, ਮੇਰਾ ਖਿਆਲ ਆ ਵੀ ਜਿਹੜੇ ਲੋਕ ਨੇ, ਸਾਰਿਆਂ ਨੇ 90% ਲੋਕਾਂ ਨੇ, 80% ਲੋਕਾਂ ਨੇ ਰੱਖੜੀਆਂ ਬਣਾਈਆਂ ਹੋਣਗੀਆਂ, ਇੰਡੀਆ ਤੋਂ ਰੱਖੜੀਆਂ ਆਉਂਦੀਆਂ। ਸੋ ਅਸੀਂ ਨਾਲ ਅੱਜ ਜਿੱਥੇ ਰੱਖੜੀ ਕੱਲ੍ਹ ਲੰਘ ਕੇ ਗਈ ਆ, ਉਸ ਦੇ ਨਾਲੇ ਉਸ ਮੁਲਕ ਜਿੱਥੇ ਇਸ ਤਰ੍ਹਾਂ ਭੈਣਾਂ ਦੀ ਰੱਖੜੀ, ਭੈਣਾਂ ਦੀ ਰਾਖੀ, ਰਕਸ਼ਾ ਬੰਧਨ, ਉਸ ਪਾਸੇ ਨੂੰ ਹੈ ਕਿ ਅਸੀਂ ਆਪਣੀ ਇਹ ਲਗਭਗ ਜਦੋਂ ਭੈਣ ਰੱਖੜੀ ਬੰਨ੍ਹਦੀ ਹੈ, ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਤੇਰੀ ਰਕਸ਼ਾ ਕਰਾਂਗੇ। ਪਰ ਜਿਹੜਾ ਸਾਡਾ ਸਮਾਜ ਹੈ, ਉਹ ਅਸੀਂ ਆਪਣੀ ਭੈਣ ਦੀ ਰਕਸ਼ਾ ਤਾਂ ਕਰਦੇ ਹਾਂ ਕਿ ਦੂਸਰਿਆਂ ਦੀ ਭੈਣਾਂ ਦੀ ਰਕਸ਼ਾ ਕਰਨਾ ਸਾਡਾ ਫਰਜ਼ ਨਹੀਂ ਬਣਦਾ? ਜਿਹੜੇ ਸਾਡੇ ਗਲੀ ਮੁਹੱਲੇ 'ਚ, ਮੁਹੱਲੇ ਸ਼ਹਿਰ ਦੇ 'ਚ ਸਾਰਾ ਕੁਛ ਹੈ, ਉਹ ਸਾਡੀਆਂ ਭੈਣਾਂ ਨੇ। ਇਸ ਜਿਹੜਾ ਵਿਚਾਰ ਹੈ, ਇਹ ਰਕਸ਼ਾ ਬੰਧਨ ਹਾਲੇ ਕੱਲ੍ਹ ਲੰਘ ਕੇ ਹਟਿਆ, ਅਤੇ ਕਿਉਂ ਨਹੀਂ ਸਾਨੂੰ ਇਹ ਸਾਰਿਆਂ ਨੂੰ ਦਿਮਾਗ ਦੇ ਵਿੱਚ ਆਉਂਦਾ ਕਿ ਜਿਹੜੀਆਂ ਦੂਸਰੀਆਂ ਕੋਈ ਵੀ ਔਰਤਾਂ ਨੇ ਵੀ ਕਿਹਦੀ ਭੈਣ ਭਾਈਆਂ, ਇਹ ਭੈਣਾਂ ਨੇ, ਅਤੇ ਉਹਨਾਂ ਦੀ ਸੁਰੱਖਿਆ ਵੀ ਕਿਸੇ ਵੀ ਤਰ੍ਹਾਂ ਜੇ ਕਰ ਸਕਦੇ ਹਾਂ, ਕਿਤੇ ਜਾਤੀ ਹੁੰਦੀ ਦੇਖੀਏ, ਉਸ ਨੂੰ ਰੋਕਣਾ ਚਾਹੀਦਾ। ਸੋ ਇਹ ਸਾਰਾ ਕੁਛ ਹੈਗਾ। ਅਸੀਂ ਸਿਰਫ ਅਤੇ ਸਿਰਫ ਹਰ ਕੋਈ ਵੀ ਚੀਜ਼ ਸਾਡੀ ਆਦਤ ਬਣ ਗਈ, ਅਸੀਂ ਉਸ ਨੂੰ ਇੱਕ ਰਵਾਇਤ ਬਣਾ ਲੈਂਦੇ ਹਾਂ ਕਿ ਰੱਖੜੀ ਬੰਨ੍ਹੀ ਅਤੇ 10 ਪਾਉਣ ਦਿੱਤੇ, ਲੱਡੂ ਖਾਧਾ ਅਤੇ ਚਲੋ ਬਈ। ਨਹੀਂ, ਉਸ ਦੇ ਪਿੱਛੇ ਜਿਹੜੀ ਫਿਲੋਸਫੀ ਹੈਗੀ ਆ, ਜਾਂ ਹਿਸਟਰੀ ਹੈਗੀ ਆ, ਜਿਹੜੀ ਤਰ੍ਹਾਂ ਤਰ੍ਹਾਂ ਦੀ ਹਿਸਟਰੀਆਂ ਨੇ ਇਹਦੇ ਪਿੱਛੇ, ਉਸਦੇ ਲਈ ਅਸੀਂ, ਮੈਂ ਇਹ ਚਾਹੂੰਗਾ ਕਿ ਅੱਜ ਨਾ ਵਿਚਾਰ ਕੀਤਾ ਜਾਵੇ। ਪਰ ਹਾਂ, ਇਹ ਜ਼ਰੂਰ ਆ ਵੀ ਇਹ ਗੱਲ ਨੂੰ ਇਹ ਸੋਚ ਕੇ ਅਸੀਂ ਗੱਲ ਕਰਾਂਗੇ ਕਿ ਜਦੋਂ ਸਾਰੇ ਭਾਰਤ ਅੱਜ ਬੰਦ ਦੀਆਂ ਚਾਰੇ ਪਾਸੇ ਹਸਪਤਾਲਾਂ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਪਈ ਆ, ਸਾਡਾ ਅੱਜ ਜਿਹੜਾ ਮਸਲਾ ਆ ਕਿ ਉਹ ਬੱਚੀ ਜਿਸ ਨੂੰ ਬਲਾਤਕਾਰ ਕਰਕੇ ਰੇਪ ਕਰਕੇ ਮਾਰ ਦਿੱਤਾ, ਉਸ ਨਾਲ ਸੰਬੰਧਿਤ ਹੈ ਕਿ ਉਹ ਕਿਉਂ ਉਸ ਬੱਚੀ ਨਾਲ ਇਸ ਤਰ੍ਹਾਂ ਹੋਇਆ। ਆਪਾਂ ਸਾਰੇ ਧੀਆਂ ਵਾਲੇ ਹਾਂ, ਭੈਣਾਂ ਵਾਲੇ ਹਾਂ, ਭਤੀਜਿਆਂ ਵਾਲੇ ਹਾਂ, ਭਾਣਜੀਆਂ ਵਾਲੇ ਹਾਂ, ਅਤੇ ਕੀ ਸਾਡਾ ਸਮਾਜ ਇੰਨਾ ਨਿਗਰ ਗਿਆ ਕਿ ਹਰ ਰੋਜ਼ ਦੂਜੇ ਤੀਜੇ ਦਿਨ ਇਹ ਗੱਲ ਵਾਪਰਦੀ ਹੈ, ਠੰਡੀ ਹੋ ਜਾਂਦੀ ਹੈ,
ਅਤੇ ਜਿਹੜੇ ਕਿ ਇਸ ਤਰ੍ਹਾਂ ਦੁਨੀਆ ਦੇ ਵਿੱਚ ਜਿਹੜੇ ਸਾਡੇ ਨਾਂ ਦੁਨੀਆ ਦੇ ਵਿੱਚ ਜਿਹੜੇ ਸੇਫ ਕੰਟਰੀ ਆ ਉਹਨਾਂ ਵਿੱਚੋਂ ਕਈ ਵਾਰ ਨਹੀਂ ਆਉਂਦਾ। ਜਿਹੜਾ ਬਿਜ਼ਨਸ ਸੀ ਟੂਰਿਜ਼ਮ ਦਾ ਉਹ ਲਗਭਗ ਠੱਪ ਕਰ ਦਿੱਤਾ ਇਹਨਾਂ ਕੇਸਾਂ ਨੇ, ਇਸ ਰੇਪ ਦੇ ਕੇਸਾਂ ਨੇ। ਅਤੇ ਉਹ ਜਿਹੜੇ ਆਮ ਅੰਗਰੇਜ਼ ਲੋਕ ਜਾਂ ਕੋਈ ਵੀ ਬਾਹਰਲੇ ਲੋਕ ਨੇ ਉਹ ਸਾਡੇ ਮੁਲਕ 'ਚ ਜਾਣ ਗਿਆ ਦੋ ਵਾਰ ਸੋਚਦੇ ਨੇ ਕਿਉਂ ਅਸੀਂ ਆਪਣੇ ਮੁਲਕ ਨੂੰ ਇਸ ਤਰ੍ਹਾਂ ਦਾ ਬਣਾਈ ਜਾਂਦੇ ਹਾਂ, ਕਿਉਂ ਉਹ ਕਿਹੜੇ ਲੋਕ ਨੇ। ਤੁਹਾਨੂੰ ਦੇਖਣ ਨੂੰ ਤਾਂ ਉਹ ਲੋਕ ਇਸ ਤਰ੍ਹਾਂ ਹੀ ਲੱਗਦੇ ਹੋਣਗੇ ਕਈ ਵਾਰ, ਜਿਹੜੇ ਆਪਣੇ ਆਪ ਨੂੰ ਤਾਂ ਭਗਤ ਜਾਂ ਧਰਮ ਦੇ ਰਾਖੇ ਕਹਾਉਂਦੇ ਨੇ, ਉਹ ਪੋਲੀਟੀਕਲ ਸ਼ਖਸੀਅਤਾਂ ਨੇ, ਪਰ ਉਹਨਾਂ ਦੇ ਜਿਹੜੇ ਗੁਨਾਹ ਨੇ ਉਹ ਤੁਸੀਂ ਦੇਖ ਨਹੀਂ ਸਕਦੇ। ਆਸ ਦੇ ਵਿੱਚ ਵੀ ਜਿਹੜੀ ਲੜਕੀ ਦੇ ਨਾਲ ਗੁਨਾਹ ਹੋਇਆ ਉਹਦੇ ਵਿੱਚ ਪੋਲੀਟੀਕਲ ਬੰਦਿਆਂ ਦੇ ਨਾਂ ਆਉਂਦੇ ਪਏ ਨੇ। ਕਾਫੀ ਕੁਛ ਆ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕੀ ਇਸ ਤਰ੍ਹਾਂ ਦਾ ਸਮਾਜ ਕਾਹਦੇ ਆ, ਕਿੱਥੇ ਤੱਕ ਚਲਿਆ ਗਿਆ, ਕਿੱਥੇ ਤੱਕ ਨਿਕਲ ਗਏ ਹਾਂ ਅਸੀਂ। ਇਹ ਸਾਨੂੰ ਸੋਚਣਾ ਪਊਗਾ ਜਦੋਂ ਕਿ ਉਹ ਮੁਲਕ ਜਿਹਦੇ ਮੈਂ ਤੁਹਾਨੂੰ ਦਰ ਕਰਕੇ ਹਟਿਆ ਵੀ ਜਿੱਥੇ ਰੱਖੜੀ ਦੇ ਤਿਉਹਾਰ ਵਰਗੇ ਆਉਂਦੇ ਨੇ, ਜਿੱਥੇ ਭੈਣ ਦੀ ਰਾਖੀ ਦੀ ਗੱਲ ਕੀਤੀ ਜਾਂਦੀ ਆ, ਅਤੇ ਉੱਥੇ ਆਹ ਕੁਝ ਵਾਪਰਦਾ ਪਿਆ। ਸੋ ਪ੍ਰੋਗਰਾਮ ਦੇ ਵਿੱਚ ਅਸੀਂ ਕਲਕੱਤੇ ਜਿਹੜੀ ਇੱਕ ਬੇਟੀ ਜਿਹਨੂੰ ਡਾਕਟਰ ਬਣਨ ਲਈ ਘਰੋਂ ਗਈ ਸੀ, ਜਿਹਦਾ ਲਗਭਗ ਹੁਣ ਆਖਰੀ ਸਾਲ ਸੀ ਸ਼ਾਇਦ, ਅਤੇ ਦੂਸਰਾ ਮਤਲਬ ਕਿ ਸ਼ਾਇਦ ਤੀਸਰਾ ਸਾਲ ਸੀ, ਅਤੇ ਉਹਨੇ ਡਾਕਟਰ ਬਣ ਕੇ ਘਰ ਨੂੰ ਮੁੜਨਾ ਸੀਗਾ, ਅਤੇ ਮਾਂ ਬਾਪ ਨੂੰ ਕਿੰਨੀ ਉਡੀਕ ਹੋਊਗੀ। ਅਤੇ ਪਰ ਉਸ ਦੀ ਜਿਹੜੀ ਮੁਰਦਾ ਲਾਸ਼ ਉਹਦੇ ਘਰ ਨੂੰ ਗਈ ਆ। ਇਹ ਸਾਰਾ ਕੁਛ ਆ ਤੁਹਾਡੇ ਵਿਚਾਰਨ ਲਈ, ਆਪਾਂ ਨੂੰ ਸੋਚੀਏ ਆਓ ਸਾਡੇ ਸਮਾਜ ਨੂੰ ਇੱਕ ਲੰਕ ਇਹ ਗ੍ਰਹਿਣ ਕਿੱਥੋਂ ਲੱਗਿਆ, ਕੌਣ ਲਾਉਂਦਾ ਪਿਆ, ਇਹਦੇ ਪਿੱਛੇ ਜਾਣਾ ਪਊਗਾ ਸਾਨੂੰ। ਸਿੰਪਲ ਜੀ ਨਹੀਂ ਗੱਲ ਹੈ, ਉਹ ਸਾਡਾ ਕਲਚਰ ਜਿਹੜਾ ਸਾਡਾ ਸੱਭਿਆਚਾਰ ਆ, ਸਾਡਾ ਧਰਮ ਆ, ਸਾਡੀ ਰਵਾਇਤਾਂ, ਸਾਡਾ ਸਮਾਜਿਕ ਜਿਹੜਾ ਲੈਣ ਦੇਣ ਰੀਤੀ ਰਿਵਾਜ਼ ਨੇ, ਉਹ ਇਹਦੇ ਪਿੱਛੇ ਨੇ, ਕੀ ਨੇ ਇਹ। ਅਤੇ ਅਸੀਂ ਮੈਂ ਪਿਛਲੇ ਹਫ਼ਤੇ ਵੀ ਅਸੀਂ ਗੱਲ ਇਹੀ ਕੀਤੀ ਸੀਗੀ, ਅਤੇ ਅੱਜ ਫਿਰ ਗੱਲ ਕਰਦੇ ਹਾਂ, ਕਿਉਂਕਿ ਬਹੁਤ ਵੱਡੀ ਲੋੜ ਆ, ਬਹੁਤ ਬਹੁਤ ਧਿਆਨ ਮੰਗਦੀ ਆ ਚੀਜ਼ ਇਹ ਕਿ ਅਸੀਂ ਇਸ ਪਾਸੇ ਨੂੰ ਜਾਈਏ। ਸੁਪਰੀਮ ਕੋਰਟ ਇਨਵੋਲਵ ਹੋ ਚੁੱਕੀ ਹੈ ਇਹਦੇ ਵਿੱਚ, ਅਤੇ ਸੁਪਰੀਮ ਕੋਰਟ ਨੇ ਕਈ ਕੁਛ ਲਿਆਂਦਾ ਆ, ਉਸ 'ਤੇ ਅਸੀਂ ਗੱਲ ਕਰਾਂਗੇ। ਉਹਨਾਂ ਨੇ ਕਾਨੂੰਨ ਬਣਾਏ ਨੇ, ਸਾਨੂੰ ਤੁਸੀਂ ਪੰਜ ਮਿੰਟ ਦੇ ਦਿਓ, ਮੇਰੇ ਤਾਂ 3-4 ਮਿੰਟ ਹੋ ਗਏ ਆ। ਜਸਵਿੰਦਰ ਜੀ ਨੂੰ 5-6 ਮਿੰਟ ਦਿਓ ਆਪਣੀ ਗੱਲ ਵਿਚਾਰ ਦੱਸਣ, ਅਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ। ਅਤੇ ਕੌਲ ਜਿਹੜੀ ਆ ਉਹ 03-00-770-2246 'ਤੇ ਕਰ ਸਕਦੇ ਹੋ, ਲਾਈਵ ਆ। ਖਿਆਲ ਰੱਖਣਾ ਕਿ ਸਾਡੀ ਜਿਹੜੀ ਭਾਸ਼ਾ, ਸਾਡੀ ਬੋਲੀ ਆ, ਉਹ ਸਭਿਆ ਹੋਵੇ। ਅਤੇ ਅੱਜ ਮੇਰਾ ਸਾਥ ਮੇਰੇ ਪਿਆਰੇ ਵੀਰ ਜਸਵਿੰਦਰ ਰਤੀਆ ਜੀ, ਜਿਹਨਾਂ ਤੁਸੀਂ ਜਾਣਦੇ ਹੋ, ਹਮੇਸ਼ਾ ਮੇਰਾ ਸਾਥ ਦਿੰਦੇ ਨੇ। ਅਤੇ ਆਓ ਰਤੀਆ ਜੀ, ਤੁਸੀਂ ਕੀ ਸੋਚਦੇ ਹੋ, ਕੀ ਕਹਿਣਾ ਚਾਹੋਗੇ? ਬਹੁਤ ਹੀ ਗੰਭੀਰ ਮਸਲਾ, ਜਦੋਂ ਕਿ ਅਸੀਂ ਦੁਨੀਆ ਭਰ ਵਿੱਚ ਇਸ ਚੀਜ਼ ਦੀਆਂ ਦੁਹਾਈਆਂ ਦਿੰਦੇ ਰਹਿੰਦੇ ਹਾਂ ਕਿ ਸਾਡਾ ਜਿਹੜਾ ਸਮਾਜ ਬਹੁਤ ਵਧੀਆ, ਅਸੀਂ ਕਿਧਰੇ ਧਰਮ ਗੁਰੂ ਦੀਆਂ ਬਣਨ ਦੀਆਂ, ਦੁਨੀਆ ਦੇ ਵਿੱਚ ਗੁਰੂ ਬਣਨ ਦੀਆਂ ਪਰੰਪਰਾਵਾਂ ਤੋਰਨ ਦੀਆਂ ਗੱਲਾਂ ਕਰਦੇ ਹਾਂ, ਪਰ ਅਸੀਂ ਖੜ੍ਹੇ ਕਿੱਥੇ ਹਾਂ, ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ, ਅਸੀਂ ਇਹਦੇ ਬਾਰੇ ਬਹੁਤ ਗੰਭੀਰਤਾ ਨਾਲ ਸਾਨੂੰ ਸੋਚਣਾ ਪਊਗਾ। ਅੱਜ ਜੇ ਦੇਖੀਏ ਤਾਂ ਸਾਨੂੰ ਹਰ ਰੋਜ਼ ਦੂਜੇ 'ਚ ਉੱਥੇ ਕੋਈ ਇਹੋ ਜਿਹਾ ਸੰਗੀਨ ਮਾਮਲਾ ਸਾਡੇ ਸਾਹਮਣੇ ਆਉਂਦਾ ਹੈ ਕਿ ਫਲਾਣੇ ਥਾਂ ਬੱਚੀ ਦਾ ਬਲਾਤਕਾਰ ਹੋ ਗਿਆ, ਪਰ ਇੱਕ ਜਿਹੜੀ ਵੱਡੀ ਗੱਲ ਹੈ ਬਲਾਤਕਾਰ ਦੇ ਨਾਲੋਂ, ਕਿ ਬਲਾਤਕਾਰ ਕਰਨ ਉਪਰੰਤ ਮਾਰ ਦਿੱਤਾ ਜਾਂਦਾ, ਜਿਹੜਾ ਔਰਤ ਸੀਹੇ ਦੇ ਕੇ ਮਾਰਿਆ ਜਾਂਦਾ, ਉਹ ਜਿਹੜਾ ਸਭ ਤੋਂ ਭੈੜਾ ਅਤੇ ਘਿਨਾਉਣਾ ਕਾਰਵਾਈ ਹੈ, ਕਿਉਂਕਿ ਇਹਨੇ ਅਸੀਂ ਕਹਿ ਸਕਦੇ ਜਿਹੜੇ ਅਗਾਂਹ ਵਧੂ ਮੁਲਕ ਆ ਉਹਨਾਂ ਦੇ ਵਿੱਚ ਇਹੋ ਜਿਹੇ ਧੱਕੇਸ਼ਾਹੀਆਂ ਔਰਤਾਂ ਨਾਲ ਨਹੀਂ ਹੁੰਦੀਆਂ, ਜਿਹੜਾ ਡੋਮੈਸਟਿਕ ਵਾਇਲੈਂਸ ਹਮੇਸ਼ਾ ਹੀ ਹੁੰਦੀ ਆ, ਉਹ ਘਰਾਂ ਦੇ ਵਿੱਚ ਆਮ ਹੀ ਆਪਾਂ ਦੇਖ ਸਕਦੇ ਹਾਂ, ਬਾਹਰ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਹੁੰਦੇ ਆ, ਬਾਕੀ ਕਈ ਜਗ੍ਹਾ 'ਤੇ ਬਲੈਕਮੇਲਿੰਗ ਵੀ ਹੁੰਦੀ ਆ, ਇਹਨਾਂ ਮੁਲਕਾਂ ਦੇ ਵਿੱਚ ਵੀ ਕਾਫੀ ਕੁਛ ਹੁੰਦਾ, ਪਰ
ਜੋ ਇਹਦੇ ਪਿੱਛੇ ਇੱਕ ਜਾਨ ਲੈ ਲੈਣੀ, ਜਿਹੜੀ ਖਾਸ ਕਰਕੇ ਔਰਤ ਵਿਚਾਰੀ ਜਿਹਨੂੰ ਆਪਾਂ ਕਹਿ ਸਕਦੇ ਕਿ ਆਮ ਅਸੀਂ ਸਾਡੇ ਸਮਾਜ ਦੇ ਵਿੱਚ ਉਹਨੂੰ ਬੜਾ ਕਿਹਾ ਜਾਂਦਾ ਕਿ ਬੇਸਹਾਰਾ ਕਹਿ ਦਿੰਦੇ ਅਸੀਂ ਉਹਨੂੰ, ਪਰ ਸਾਨੂੰ ਸ਼ਰਮ ਇਸ ਗੱਲ 'ਤੇ ਆਉਣੀ ਚਾਹੀਦੀ ਕਿ ਅਸੀਂ ਬੇਸਹਾਰਾ ਨੂੰ ਮਾਰ ਰਹੇ ਹਾਂ। ਜੇ ਤਾਂ ਅਸੀਂ ਕਿਸੇ ਸਹਾਰੇ ਵਾਲੇ ਨੂੰ ਮਾਰੀਏ, ਕਿਸੇ ਬਰਾਬਰ ਦੇ ਨਾਲ ਪੰਗਾ ਲਈਏ, ਫਿਰ ਤਾਂ ਸਾਨੂੰ ਮੰਨਣਾ ਪਊਗਾ ਹਾਂ ਅਸੀਂ ਯਾਰ ਕਿਸੇ ਕੋਈ ਚੰਗਾ ਕੰਮ ਕੀਤਾ, ਕਿਸੇ ਗਲਤ ਕੰਮ ਕਰਨ ਵਾਲੇ ਨੂੰ ਮਾਰਿਆ। ਇੱਕ ਜਿਹੜਾ ਕਿ ਔਰਤ ਆਮ ਅਸੀਂ ਕਹਿ ਦਿੰਦੇ ਹਾਂ ਕਿ ਕਮਜ਼ੋਰ ਵੀ ਹੁੰਦੀ ਹੈ, ਅਤੇ ਬਾਕੀ ਦੂਸਰੇ ਕਿ ਪੜ੍ਹੀਆਂ ਲਿਖੀਆਂ ਜਿਹੜੀਆਂ ਔਰਤਾਂ ਉਹ ਵੈਸੇ ਵੀ ਕਿੰਨੀਆਂ ਸੰਵੇਦਨਸ਼ੀਲ ਹੁੰਦੀਆਂ, ਕਿੰਨੀਆਂ ਸਮਝਦਾਰ ਹੁੰਦੀਆਂ। ਜਦੋਂ ਉਹੋ ਜਿਹੀਆਂ ਕੁੜੀਆਂ ਦੇ ਨਾਲ, ਉਹੋ ਜਿਹੀਆਂ ਬੱਚੀਆਂ ਸਾਡੀਆਂ ਦੇ ਨਾਲ ਇਹੋ ਜਿਹੇ ਘਿਨਾਉਣੇ ਕਾਰਵਾਈ ਕੋਈ ਕਿੱਸੇ ਹੁੰਦੇ ਆ, ਤਾਂ ਮਨ ਮੈਨੂੰ ਲੱਗਦਾ ਕਿ ਹਰ ਸਮਝਦਾਰ ਬੰਦੇ ਦਾ ਮਨ ਬਹੁਤ ਦੁਖੀ ਹੁੰਦਾ ਕਿ ਇਹ ਕਿਉਂ ਹੋ ਰਿਹਾ, ਕਿਉਂਕਿ ਉਹ ਇੱਕ ਬੱਚੀ ਜਿਹਨੇ ਪਤਾ ਨਹੀਂ ਕਿੰਨੀਆਂ ਹਜ਼ਾਰਾਂ ਜਾਨਾਂ ਗਾਂ ਬਚਾਉਣੀਆਂ ਸੀ, ਕਿਉਂਕਿ ਉਹਨੇ ਡਾਕਟਰ ਬਣਨਾ ਸੀ, ਫਿਰ ਉਹਨੇ ਕਿੰਨੇ ਲੋਕਾਂ ਨੂੰ, ਕਿੰਨੇ ਬੱਚਿਆਂ ਨੂੰ ਗਾਂ ਜਨਮ ਦੇਣਾ ਸੀ, ਕਿੰਨੇ ਬੱਚੇ ਉਹਦੇ ਹੱਥਾਂ ਰਾਹੀਂ ਹੱਥਾਂ ਦੇ ਵਿੱਚ ਪੈਦਾ ਹੋਣੇ ਸੀ, ਕਿੰਨੇ ਬੱਚੇ ਜਾਂ ਆਪਣੇ ਨੌਜਵਾਨ ਉਹ ਤੋਂ ਬਚਣੇ ਸੀ। ਅਸੀਂ ਇਹ ਨਹੀਂ ਕਹਿੰਦੇ ਵੀ ਇੱਕ ਔਰਤ ਜਿਹੜੀ ਉਹਨੂੰ ਇੱਕ ਬੱਚੀ ਨੂੰ ਮਾਰ ਦਿੱਤਾ, ਮੇਰੇ ਹਿਸਾਬ ਨਾਲ ਅਸੀਂ ਇੱਕ ਰੱਬ ਰੂਪੀ ਜਿਹਨੂੰ ਕਿ ਅਸੀਂ ਡਾਕਟਰ ਨੂੰ ਇੱਕ ਰੱਬ ਕਹਿੰਦੇ ਹਾਂ, ਇੱਕ ਰੱਬ ਦਾ ਕਤਲ ਹੀ ਕੀਤਾ ਇੱਕ ਹਿਸਾਬ ਨਾਲ। ਜਿਹੜੇ ਬੰਦੇ ਲੋਕ ਰੱਬ ਨੂੰ ਮੰਨਦੇ ਆ ਉਹਨਾਂ ਨੂੰ ਇਸ ਚੀਜ਼ ਬਾਰੇ ਜ਼ਿਆਦਾ ਗੰਭੀਰਤਾ ਨਾਲ ਸੋਚਣਾ ਚਾਹੀਦਾ ਕਿ ਸਾਡੇ ਉਹ ਰੱਬ ਜਿਨ੍ਹਾਂ ਨੂੰ ਅਸੀਂ ਰੱਬ ਮੰਨਦੇ ਉਹ ਕਿੰਨੇ ਕੁ ਉਹਨਾਂ ਦੇ ਲਈ ਅਸੀਂ ਬਚਾਅ ਸਾਧਨ, ਸਾਡੀਆਂ ਸਰਕਾਰਾਂ ਜਾਂ ਅਸੀਂ ਲੋਕ ਕਿੰਨੇ ਕੁ ਕਰ ਰਹੇ ਹਾਂ। ਇਹ ਜਿਹੜਾ ਮੁੱਦਾ ਹੈ ਹੁਣ ਅੱਜ ਕੱਲ੍ਹ ਜੇ ਅਸੀਂ ਦੇਖੀਏ ਤਾਂ ਦੁਨੀਆ ਦੇ ਵਿੱਚ ਜੇ ਸਭ ਤੋਂ ਵੱਧ ਸੁਣਨ ਦੇ ਵਿੱਚ, ਖਾਸ ਕਰਕੇ ਆਪਣੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਕਤਲ ਹੋ ਰਹੇ ਆ, ਇਸ ਤਰ੍ਹਾਂ ਬੱਚੀਆਂ ਦੇ ਕਤਲ ਹੋ ਰਹੇ ਆ, ਤਾਂ ਇਹ ਇੱਕ ਬਹੁਤ ਹੀ ਜ਼ਿਆਦਾ ਗੰਭੀਰ ਅਤੇ ਦੁਨੀਆ ਦੇ ਵਿੱਚ ਇੱਕ ਕਹਿ ਸਕਦੇ ਕਿ ਬਦਨਾਮੀ ਜਿਹੜੀ ਹੋ ਰਹੀ ਆ ਸਾਡੇ ਲੋਕਾਂ ਦੀ, ਕਿ ਅਸੀਂ ਇੱਕ ਬੜਾ ਆਪਣੇ ਆਪ 'ਚ ਕਹਿ ਰਹੇ ਹਾਂ ਕਿ ਸਾਡਾ ਸਮਾਜ ਬਹੁਤ ਵਧੀਆ, ਸਾਡੀਆਂ ਤਾਂ ਜਿਹੜੀਆਂ ਪਰੰਪਰਾਵਾਂ ਬਹੁਤ ਵਧੀਆ, ਜਿੱਦਾਂ ਭਾਅ ਜੀ ਹੁਣੇ ਰੱਖੜ ਪੁੰਨਿਆਂ ਦੀ ਜਾਂ ਰੱਖੜੀ ਦੀ ਗੱਲ ਕਰਕੇ ਹਟੇ ਆ, ਕਿ ਇਹ ਸਾਰਾ ਕੁਛ ਸਹੀ ਹੈ? ਕਿ ਅਸੀਂ ਇਹ ਸਾਰਾ ਕੁਛ ਮਨਾ ਕੇ, ਇਹਨਾਂ ਤਿਉਹਾਰਾਂ ਨੂੰ ਮਨਾ ਕੇ ਕੀ ਅਸੀਂ ਆਪਣੇ ਲੋਕਾਂ ਨੂੰ ਜਾਂ ਆਪਣੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਕੁਛ ਸਿਖਾ ਸਕੇ ਹਾਂ? ਪਰ ਅੱਜ ਤੱਕ ਜੋ ਜਿਸ ਪਾਸੇ ਨੂੰ ਅਸੀਂ ਜਾ ਰਹੇ ਹਾਂ ਤਾਂ ਸਾਨੂੰ ਐਂ ਲੱਗਦਾ ਕਿ ਨਹੀਂ, ਅਸੀਂ ਕੁਛ ਨਹੀਂ ਸਿਖਾ ਸਕੇ, ਅਸੀਂ ਸਿਰਫ ਇਹ ਇੱਕ ਦਿਖਾਵੇ ਲਈ ਸਾਰਾ ਕੁਛ ਕਰ ਰਹੇ ਹਾਂ। ਪਰ ਹਕੀਕਤ ਦੇ ਵਿੱਚ ਸਾਡੇ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜੀ ਉਹ ਹਵਾਨੀਅਤ ਬੈਠੀ ਹੈ ਕਿ ਜਿਹੜੀ ਜਿਹੜੀ ਇੱਕ ਕਹਿ ਸਕਦੇ ਹਾਂ ਕਿ ਇੰਨੇ ਘਿਨਾਉਣੇ ਕੰਮ ਕਰ ਰਹੀ ਹੈ, ਔਰ ਆਪਾਂ ਕਹਿੰਦੇ ਹਾਂ ਕਿ ਆਮ ਜਿਹੜਾ ਸਧਾਰਨ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਦੇਖਦੇ ਇੱਕ ਜਾਨਵਰ ਨੂੰ ਜਾਂ ਪੰਛੀ ਨੂੰ ਵੀ ਕੋਈ ਮਾਰਦਾ ਤਾਂ ਉਹਦੇ ਬਾਰੇ 'ਚ ਕਿੰਨਾ ਜ਼ਿਆਦਾ ਅਬਵੇਲਾ ਖੜਾ ਹੋ ਜਾਂਦਾ ਇਹਨਾਂ ਮੁਲਕਾਂ ਦੇ ਵਿੱਚ ਕਿ ਯਾਰ ਤੁਸੀਂ ਨਜਾਇਜ਼ ਕਿਉਂ ਉਹਨੂੰ ਮਾਰ ਰਹੇ ਹੋ। ਪਰ ਇੱਕ ਉੱਥੇ ਜਿਉਂਦੇ ਜੀਵ ਜਿਹੜਾ ਸਮਝਦਾਰ ਇਨਸਾਨ ਦਾ ਇੱਕ ਬੱਚੀ ਦਾ ਕਤਲ ਕਰ ਦੇਣਾ, ਇਹ ਬਹੁਤ ਜ਼ਿਆਦਾ ਸਾਡੇ ਲਈ ਸੋਚਣ ਵਾਲੀ ਗੱਲ ਹੈ। ਔਰ ਇਹਦੇ ਪਿੱਛੇ ਜੇ ਅਸੀਂ ਅੱਜ ਇੱਥੇ ਵੀ ਆਪਾਂ ਗੱਲ ਕਰਾਂਗੇ ਕਿ ਕਾਰਨ ਕੀ ਨੇ, ਸਾਨੂੰ ਇਹ ਕਾਰਨ ਵੀ ਜ਼ਰੂਰ ਲੱਭਣੇ ਚਾਹੀਦੇ ਆ। ਸਭ ਤੋਂ ਵੱਡੀ ਚੀਜ਼ ਸਭ ਤੋਂ ਵੱਡੀ ਹੈ ਕਿ ਕਿਉਂ ਇਹ ਹੋ ਰਿਹਾ, ਇਹਦੇ ਵਿੱਚ ਪਿੱਛੇ ਕੀ ਕਾਰਨ ਨੇ, ਸਾਡੀ ਸਮਾਜਿਕ ਬਣਤਰ ਕਿਹੋ ਜਿਹੀ ਆ। ਜਿਸ ਤਰ੍ਹਾਂ ਕਿ ਮੈਂ ਇੱਕ ਸਭ ਤੋਂ ਵੱਡਾ ਸੋਚਦਾ ਕਿ ਇਹਦੇ ਵਿੱਚ ਇੱਕ ਜਿਹੜਾ ਸਾਡੇ ਸਮਾਜ ਦੇ ਵਿੱਚ ਇੱਕ ਗੱਲ ਫੈਲਾ ਦਿੱਤੀ ਗਈ, ਇੱਕ ਤਾਂ ਕਿ ਔਰਤਾਂ ਦੇ ਬੱਚੀਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਜਾਂਦੀ ਹੈ ਕਿ ਜੇ ਤੁਹਾਡੇ ਨਾਲ ਕੋਈ ਇੱਦਾਂ ਦਾ ਰੇਪ ਜਾਂ ਕੁਛ ਹੋ ਗਿਆ, ਕਿਉਂਕਿ ਬਾਹਲੇ ਬੱਚੀਆਂ ਜਿਹੜੀਆਂ ਖੁਦਕੁਸ਼ੀ ਕਰ ਲੈਂਦੀਆਂ ਜਾਂ ਉਹ ਇਸ ਤਰ੍ਹਾਂ ਦਾ ਮਤਲਬ ਕਿ ਉਸ ਟੋਲਰੇਟ ਨੂੰ ਸਹਾਰ ਨਹੀਂ ਸਕਦੀਆਂ, ਕਿ ਜੇ ਉਹਨਾਂ ਨਾਲ ਇੱਕ ਵਾਰੀ ਉਹਨਾਂ ਨਾਲ ਹੋ ਗਿਆ ਕਿ ਉਹ ਤੋਂ ਕਿਹਾ ਜਾਂਦਾ ਕਿ ਉਹਨਾਂ ਦੀ ਇੱਜ਼ਤ ਗਈ, ਬਸ ਉਹ ਫਿਰ ਕਿਸੇ ਹੋਰ ਦੇ ਕਾਬਲ ਨਹੀਂ ਰਹਿ ਜਾਂਦੀਆਂ, ਸਭ ਤੋਂ ਵੱਡੀ ਗੱਲ। ਦੂਸਰੀ ਗੱਲ ਕਿ ਜਿਹੜੇ ਸਾਡੇ ਮਰਦ ਜਿਹੜਾ ਉਹਨੂੰ ਮਾਰਦਾ ਉਹਨੂੰ ਵੀ ਇਹ ਲੱਗਦਾ ਕਿ ਜੇ ਮੈਂ ਹੁਣ ਇਸ ਨੂੰ ਛੱਡ ਦਿੱਤਾ ਤਾਂ ਮੈਨੂੰ ਹੋ ਸਕਦਾ ਕਿ ਕੱਲ੍ਹ ਨੂੰ ਕੋਈ ਕਾਨੂੰਨੀ ਕਾਰਵਾਈ ਮੇਰੇ 'ਤੇ ਹੋਊਗੀ ਅਤੇ ਮੈਂ ਕਿਉਂ ਨਾ ਇਸ ਨੂੰ ਖਤਮ ਕਰਦਾ। ਉਸ ਨੂੰ ਮਤਲਬ ਜਿਹੜੀ ਕਾਨੂੰਨੀ ਕਾਰਵਾਈ ਤੋਂ ਡਰਦਾ ਵੀ ਉਹ ਉਸ 'ਤੇ ਕਤਲ ਕਰਦਾ, ਪਰ ਉਹਨੂੰ ਜਿਹੜਾ ਇਸ ਰਾਹ ਦੇ ਉੱਤੇ ਤੋਰਿਆ, ਜਿਹੜਾ ਸਾਡੇ ਸਮਾਜ ਨੇ ਕਿਸ ਤਰ੍ਹਾਂ ਤੋਰਿਆ ਹੁੰਦਾ, ਇਹਦੇ ਪਿੱਛੇ ਸਾਨੂੰ ਬਹੁਤ ਜਿਹੜੀ ਡੀਪਲੀ ਬਹੁਤ ਗੰਭੀਰਤਾ ਨਾਲ ਸੋਚਣਾ ਪਊਗਾ। ਕਿਉਂਕਿ ਸਾਡੇ ਜਿਹੜੇ ਬੱਚਿਆਂ ਦਾ ਜਨਮ ਇਸ ਤਰ੍ਹਾਂ ਅਸੀਂ ਮਰਦਾਨਗੀ ਭਰ ਕੇ ਉਹਨਾਂ 'ਚ ਕਰਦੇ ਹਾਂ ਕਿ ਔਰਤ ਨੂੰ ਇੱਕ ਵਸਤੂ ਸਮਝਦਾ, ਉਹਨੂੰ ਹਜੇ ਤਾਂ ਕੋਈ ਹਿਊਮਨ ਸਮਝਣ ਲੱਗਿਆ ਹੀ ਨਹੀਂ
ਕਿ ਜਦੋਂ ਤੱਕ ਉਹਨੂੰ ਇੱਕ ਇਨਸਾਨ ਆਪਣੇ ਬਰਾਬਰ ਨਹੀਂ ਸਮਝੂਗਾ, ਆਪਣੇ ਵਰਗਾ ਨਹੀਂ ਸਮਝੂ। ਜਿਸ ਤਰ੍ਹਾਂ ਅਸੀਂ ਰੱਖੜੀ 'ਤੇ ਕਹਿੰਦੇ ਕਿ ਸਾਡੀਆਂ ਜੇ ਭੈਣਾਂ ਉਹ ਸਾਡੇ ਵਰਗੀਆਂ, ਉਹ ਜਿਉਣਾ ਚਾਹੁੰਦੀਆਂ, ਅਤੇ ਜਿਹੜੀਆਂ ਦੂਸਰਿਆਂ ਦੀਆਂ ਭੈਣਾਂ ਉਹ ਵੀ ਸਾਡੀਆਂ ਭੈਣਾਂ, ਉਹਨਾਂ ਦੇ ਵਿੱਚ ਵੀ ਉਹੀ ਜਾਨ ਆ, ਉਹ ਵੀ ਉਹੋ ਜਿਹੀ ਮਾਨਸਿਕਤਾ ਰੱਖਦੀਆਂ, ਉਹੋ ਜਿਹਾ ਸਾਰਾ ਕੁਛ ਜਿਹੜੀ ਫੀਲਿੰਗ ਜਾਂ ਸੋਚ ਉਹਨਾਂ ਦੇ ਅੰਦਰ ਹੈ। ਤੁਸੀਂ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਨੂੰ ਆਮ, ਇਹਨਾਂ ਕਦਰਾਂ ਕੀਮਤਾਂ ਨੂੰ ਆਮ ਬੱਚਿਆਂ ਦੇ ਅੰਦਰ ਨਹੀਂ ਭਰਾਂਗੇ, ਉਹਨਾਂ ਚਿਰ ਸਾਡਾ ਸਮਾਜ ਵਧੀਆ ਨਹੀਂ ਬਣ ਸਕਦਾ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਪਾਲਣ ਪੋਸ਼ਣ, ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਖਾਸ ਕਰਕੇ ਉਹਨਾਂ ਸਕੂਲਾਂ ਦੇ ਵਿੱਚ ਸੈਕਸ ਐਜੂਕੇਸ਼ਨ ਬਾਰੇ ਵੀ ਦੱਸਿਆ ਜਾਂਦਾ, ਔਰ ਇਹ ਚੀਜ਼ਾਂ ਜਿਹੜੀਆਂ ਕਿ ਸਾਡੇ ਸਮਾਜ ਦੇ ਵਿੱਚ ਜਦ ਕੇ ਉਹ ਪਾਬੰਦ ਆ, ਅਤੇ ਆਮ ਜਿਹੜੇ ਬੱਚੇ ਆ ਜਿਹੜੇ ਜਦੋਂ ਗਰੋ ਹੁੰਦੇ ਆ ਤਾਂ ਉਹਨਾਂ ਦੇ ਅੰਦਰ ਇਹ ਚੀਜ਼ ਪ੍ਰਤੀ ਬਹੁਤ ਖਿੱਚ ਹੁੰਦੀ ਆ, ਔਰ ਜਿਹੜੀ ਉਹ ਖਿੱਚ ਕਈ ਵਾਰੀ ਉਹਨਾਂ ਦੇ ਅੰਦਰ ਇਹੋ ਜਿਹੇ ਮਾਨਸਿਕ ਰੋਗ ਪੈਦਾ ਕਰ ਦਿੰਦੀ ਹੈ। ਜਿਸ ਤਰ੍ਹਾਂ ਕਿ ਇਹ ਹੁਣ ਇਸ ਕੇਸ ਦੇ ਵਿੱਚ ਵੀ ਦੇਖਿਆ ਕਿ ਉਸ ਨੂੰ ਇਸ ਤੋਂ ਪਹਿਲਾਂ ਨਿਰਭੈ ਜਿਹੜਾ ਕਤਲ ਕਿਆ ਉਹਦੇ ਵਿੱਚ ਵੀ ਕਿੰਨੀ ਭੈੜੀ ਤਰ੍ਹਾਂ ਉਸ ਨੂੰ ਮਾਰਿਆ ਗਿਆ ਸੀ, ਕਿਉਂਕਿ ਉਹ ਇੱਕ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਜਿਹੜੇ ਦਰਿੰਦੇ ਕਹਿ ਸਕਦੇ ਕਿ ਉਹਨਾਂ ਦੇ ਅੰਦਰੋਂ ਇਨਸਾਨੀਅਤ ਨਹੀਂ ਪੈਦਾ ਹੁੰਦੀ। ਹਾਥਰਸ ਦਾ ਕੇਸ ਹੈ ਉਹ, ਜਿੰਨਾ ਚਿਰ ਅਸੀਂ ਇਸ ਚੀਜ਼ ਨੂੰ ਗੰਭੀਰਤਾ ਨਾਲ ਆਮ ਬੱਚਿਆਂ ਦੇ ਵਿੱਚ ਪ੍ਰਚਾਰਦੇ ਨਹੀਂ ਜਾਂ ਉਹਨਾਂ ਨੂੰ ਦੱਸਦੇ ਨਹੀਂ, ਖਾਸ ਕਰਕੇ ਜਦੋਂ ਯੰਗ ਏਜ 'ਚੋਂ ਹੁੰਦੇ ਆ, ਉਹ ਜਿਹੜਾ ਉਮਰ ਹੁੰਦੀ ਹੈ ਸਾਡੀ ਮਾਨਸਿਕ ਡਿਵੈਲਪਮੈਂਟ ਦੀ ਹੁੰਦੀ ਆ, ਪਰ ਅਸੀਂ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਬਹੁਤ ਹੋਰ ਪਰੰਪਰਾਵਾਂ ਦੇ ਵਿੱਚ ਹੋਰ ਗੱਲਾਂ ਦੇ ਵਿੱਚ ਉਲਝਾ ਰੱਖਦੇ ਹਾਂ ਅਤੇ ਅਸੀਂ ਉਹਨਾਂ ਨੂੰ ਸਹੀ ਗਿਆਨ ਨਹੀਂ ਦੇ ਸਕਦੇ। ਦੋਸਤੋ, ਅਸੀਂ ਉਹਨਾਂ ਆਪਣੀਆਂ ਭੈਣਾਂ ਨੂੰ, ਆਪਣੀਆਂ ਬੇਟੀਆਂ ਨੂੰ ਜਿਹੜੀਆਂ ਰੋਜ਼ ਮੁਜ਼ਾਹਰਾ ਕਰਦੀਆਂ ਪਈਆਂ, ਪ੍ਰੋਟੈਸਟ ਕਰਦੀਆਂ ਪਈਆਂ, ਇਨਸਾਫ਼ ਦੀ, ਜਸਟਿਸ ਦੀ ਮੰਗ ਕਰਦੀਆਂ ਪਈਆਂ, ਅਸੀਂ ਉਹਨਾਂ ਨੂੰ ਵੀ ਸਲਾਮ ਕਰਦੇ ਹਾਂ, ਸਿਰ ਝੁਕਾਉਂਦਾ ਮੈਂ ਸੱਚੇ ਦਿਲੋਂ ਕਿ ਉਹ ਲੋਕ ਉਹੀ ਲੋਕ ਨੇ ਜਿਹੜੇ ਸਮਾਜ ਨੂੰ ਬਦਲਣਗੇ। ਫਲੋਰ ਦੇ ਵਿੱਚ ਵੀ ਔਰਤ ਮੁਕਤੀ ਮੋਰਚਾ ਅਤੇ ਅੰਬੇਦਕਰ ਰਾਈਟ ਜਿਹੜੀ ਔਰਗਨਾਈਜੇਸ਼ਨ ਆ, ਬਹੁਜਨ ਸਮਾਜ ਪਾਰਟੀ ਅਤੇ ਹੋਰਾਂ ਨੇ ਰਲ ਕੇ ਫਲੋਰ ਦੇ ਵਿੱਚ ਵੀ ਬਹੁਤ ਵੱਡਾ ਮੁਜ਼ਾਹਰਾ ਕੀਤਾ ਜਿਹੜਾ ਪ੍ਰਸ਼ੰਸਾਯੋਗ ਹੈ। ਜੇ ਅਸੀਂ ਲੜਾਂਗੇ ਫਿਰ ਹੀ ਕੁਛ ਮਿਲੇਗਾ। ਹਰ ਮਿੱਟੀ ਦੀ ਕਹਿੰਦੇ ਆਪਣੀ ਖਸਲਤ ਹੁੰਦੀ ਆ, ਹਰ ਮਿੱਟੀ ਭੋਰਿਆਂ ਨਹੀਂ ਭੁਰ ਜਾਂਦੀ। ਉਹ ਲੋਕ ਵੀ ਨੇ ਜਿਹੜੇ ਇਸ ਟਾਈਮ ਬਿਲਕੁਲ ਅੜ ਕੇ ਖੜ੍ਹੇ ਨੇ ਕਿ ਜਦ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਲੜਾਂਗੇ। ਉਹਨਾਂ ਨੇ ਇਸ ਟਾਈਮ 9 ਤਰੀਕ ਤੋਂ ਲੈ ਕੇ ਹੁਣ ਤੱਕ 11 ਦਿਨ ਰੋਜ਼ ਲੜਦੇ ਆ ਰਹੇ ਨੇ, ਹਸਪਤਾਲਾਂ ਦੇ ਬਾਹਰ ਬੈਠੇ ਨੇ। ਦੇਖੋ ਤੁਸੀਂ ਉਹ ਜਿਹੜੇ ਡਾਕਟਰਾਂ ਨਾਲ ਤੁਸੀਂ ਇਸ ਤਰ੍ਹਾਂ ਕੀਤਾ, ਉਹ ਹਜੇ ਵੀ ਸਾਡਾ ਸੋਚਦੇ ਪਈਆਂ ਸਾਡੀਆਂ ਧੀਆਂ ਕਿ ਉਹਨਾਂ ਨੇ ਹਸਪਤਾਲ ਬੰਦ ਤਾਂ ਕੀਤੇ ਹੋਏ ਨੇ ਪਰ ਜੇ ਐਮਰਜੈਂਸੀ ਆਉਂਦੀ ਆ ਉਸ ਦਾ ਇਲਾਜ ਉੱਥੇ ਕੀਤਾ ਜਾਵੇਗਾ। ਇਹ ਭਾਵਨਾਵਾਂ ਸਾਡੇ ਚਾਹੀਦੀਆਂ, ਲੜਦੇ ਲੜਨਾ ਆ, ਹੱਕ ਲੈਣੇ ਆ। ਅਤੇ ਜਿਹੜਾ ਕੇਸ ਹੈਗਾ ਹੁਣ ਇਹ ਸੁਪਰੀਮ ਕੋਰਟ ਕੋਲ ਹੈਗਾ, ਸੁਪਰੀਮ ਕੋਰਟ ਨੇ ਕਾਫੀ ਫੈਸਲੇ ਕੀਤੇ ਵੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਕਿਉਰਿਟੀ ਕੈਮਰੇ ਲੱਗਣਗੇ ਅਤੇ ਇੱਕ ਪੈਰਾਮਿਲਟਰੀ ਜਿਹੜੀ ਅੱਧੀ ਮਿਲਟਰੀ ਵਾਲੇ ਜਿੱਦਾਂ ਹੁੰਦੇ ਨੇ ਉਹ ਉੱਥੇ ਆ ਕੇ ਹਸਪਤਾਲ ਦੇ ਕੋਲ ਬੈਠਣਗੇ ਅਤੇ ਦੇਖਭਾਲ ਕਰਨਗੇ। ਪਰ ਦੋਸਤੋ ਇਹ ਕੁਛ ਪਹਿਲਾਂ ਵੀ ਹੈਗਾ ਕਾਫੀ ਕੁਛ, ਅਤੇ ਪਰ ਉਸ ਦੇ ਬਾਵਜੂਦ ਕਿਉਂ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਇਹ ਕੁਛ ਵਾਪਰ ਜਾਂਦਾ? ਕਾਰਨ ਸਭ ਤੋਂ ਵੱਡਾ ਇਹ ਹੈ ਕਿ ਉਸ ਜਿਹੜਾ ਕਾਲਜ ਹੈ ਉਸ ਦਾ ਜਿਹੜਾ ਪ੍ਰਿੰਸੀਪਲ ਸੀ ਉਸ ਨੂੰ 3 ਵਾਰ ਹਟਾਇਆ ਗਿਆ ਇਹ ਪੇਪਰਾਂ 'ਚ ਆਉਂਦਾ ਪਿਆ, ਅਤੇ 3 ਵਾਰ ਆਪਣੀ ਪੋਲੀਟੀਕਲ ਪਾਵਰ ਕਰਕੇ ਮੁੜ ਕੇ ਫਿਰ ਆਪਣੀ ਜਿਹੜੀ ਪ੍ਰਿੰਸੀਪਲ ਦੀ ਜੋਬ ਉੱਥੇ ਮੁੜ ਕੇ ਆ ਕੇ ਲੱਗਦਾ ਰਿਹਾ। ਉਸ ਨੂੰ ਕਾਹਦੇ ਕੱਢਿਆ ਜਾਂਦਾ ਸੀ, ਕਾਹਦੇ ਕੌਣ ਮੁੜ ਕੇ ਲਿਆਉਂਦਾ ਸੀ? ਇਹ ਸਾਰਾ ਕੁਛ ਸਾਡੇ ਵਿਚਾਰ ਨਾਲ ਹੈਗਾ। ਇਹ ਸਾਡਾ ਸਮਾਜ ਇਸ ਤਰ੍ਹਾਂ ਦਾ ਬਣ ਚੁੱਕਿਆ, ਅਸੀਂ ਇਸ 'ਤੇ ਅੜਬ ਸੁਭਾਅ ਦੇ, ਘਮੰਡੀ ਸੁਭਾਅ ਦੇ ਹਾਂ ਕਿ ਅਸੀਂ ਆਪਣਾ ਸੁਭਾਅ ਪਗਾਉਣੇ ਲਈ ਕੁਛ ਵੀ ਕਰ ਸਕਦੇ ਹਾਂ। ਇੱਕ ਉੱਥੇ ਬੀ ਜੇ ਪੀ ਦਾ
ਪੋਲੀਟਿਕ ਲੀਡਰ ਵੀ ਉਸ ਦਾ ਨਾਮ ਵੀ ਉਸ ਚਾਰਜਸ਼ੀਟ ਦੇ ਵਿੱਚ ਆਉਂਦਾ ਪਿਆ ਜਿਸ ਨੇ ਉਹ ਲੜਕੀ ਦੇ ਬਾਰੇ ਗਲਤ ਅਫਵਾਹਾਂ ਉਸ ਦੇ ਕਤਲ ਬਾਰੇ ਗਲਤ ਅਫਵਾਹਾਂ ਸੁਣਿਆ ਕਿ ਫੈਲਾਈਆਂ। ਇੱਕ TMC ਤ੍ਰਿਮੂਲ ਕਾਂਗਰਸ ਦਾ ਮਮਤਾ ਬੈਨਰਜੀ ਦੀ ਜਿਹੜੀ ਪਾਰਟੀ ਹੈ ਉਸਦਾ ਇੱਕ ਬੰਦਾ ਆਇਆ ਉਸ ਨੂੰ ਵੀ ਉਹਦਾ ਚਾਰਜਸ਼ੀਟ ਦੇ ਵਿੱਚ ਨਾ ਆਉਂਦਾ ਜਿਨ੍ਹਾਂ ਨੇ ਇਹ ਸਾਰਾ ਕੁਛ ਕੀਤਾ ਜਿਨ੍ਹਾਂ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੈ ਲੋਕਾਂ ਨੂੰ। ਇਹ ਸਾਰਾ ਕੁਛ ਕਾਹਦੇ ਆ? ਉਹ ਪੋਲੀਟੀਕਲ ਬੰਦੇ ਜਿਹਨਾਂ ਤੁਸੀਂ ਆਪਣੀ ਹਿਫਾਜ਼ਤ ਲਈ ਭੇਜਦੇ ਹੋ ਚੁਣ ਕੇ ਉਹ ਤੁਹਾਡੇ ਦੂਸਰੇ ਪਾਸੇ ਖੜ੍ਹ ਜਾਂਦੇ ਨੇ, ਤੁਹਾਡੇ ਦੁਸ਼ਮਣ ਬਣ ਜਾਂਦੇ ਨੇ। ਉਹ ਲੋਕ ਕੌਣ ਨੇ? ਇਹ ਕੀ ਅੱਗੇ ਵਾਂਗੂ 5 ਦਿਨ ਰੌਲਾ ਪੈ ਗਿਆ, 20 ਦਿਨ ਰੌਲਾ ਪੈ ਗਿਆ, 1 ਮਹੀਨਾ ਪ੍ਰੋਟੈਸਟ ਹੋ ਗਏ, ਉਸ ਤੋਂ ਮੁੜ ਕੇ ਫਿਰ ਉਹੀ ਸਾਹ ਉਹੀ ਫਿਰ ਗੱਲ ਕਿ ਮੁੜ ਕੇ ਫਿਰ ਸਾਡੀਆਂ ਧੀਆਂ ਭੈਣਾਂ ਸੇਫ ਨਹੀਂ? ਜਦੋਂ ਇੱਕ ਲੜਕੀ ਦੀ ਇੰਟਰਵਿਊ ਕੀਤੀ ਗਈ ਡਾਕਟਰ ਦੀ ਅਤੇ ਉਸ ਨੂੰ ਪੁੱਛਿਆ ਵੀ ਕੀ ਇਹ ਜਿਹੜੀ ਹੁਣ ਸਿਕਿਉਰਿਟੀ ਕੈਮਰੇ ਲੱਗ ਜਾਣਗੇ, ਇਹ ਪੈਰਾਮਿਲਟਰੀ ਤੁਹਾਡੇ ਬਾਹਰ ਖੜ੍ਹ ਜੂਗੀ, ਕੀ ਇਹਦੇ ਨਾਲ ਤੁਸੀਂ ਸੇਫ ਹੈ? ਉਹ ਕਹਿੰਦੇ ਨਹੀਂ। ਉਹ ਕਹਿੰਦੀ ਸਾਰਾ ਸਿਸਟਮ ਚੇਂਜ ਕਰਨ ਵਾਲਾ ਹੋਇਆ ਆ। ਮੇਰਾ ਮਤਲਬ ਸਮਝ ਦਿਓ, ਇਹ ਸਾਰਾ ਸਿਸਟਮ, ਇੱਕ ਤਾਂ ਉਹ ਮੈਡੀਕਲ ਜਿਹੜਾ ਹਸਪਤਾਲਾਂ ਦਾ ਸਿਸਟਮ ਹੈ, ਮੈਡੀਕਲ ਜਿਹੜੇ ਹਸਪਤਾਲ ਨੇ ਉਹਨਾਂ ਦੇ ਅੰਦਰ ਦਾ ਇੱਕ ਸਿਸਟਮ, ਜਿਹੜਾ ਸਾਡਾ ਸਿਸਟਮ, ਸਾਡਾ ਸਮਾਜਿਕ ਢਾਂਚਾ, ਸਾਡਾ ਪੋਲੀਟੀਕਲ ਢਾਂਚਾ, ਉਹ ਸਾਰਾ ਕੁਝ ਚੇਂਜ ਕਰਨ ਵਾਲਾ, ਕਹਿੰਦੀ ਉਹ। ਕਿਉਂਕਿ ਉਹ ਜਿਹੜੇ ਬੱਚੇ ਸਿਆਣੇ ਨੇ ਅੱਜ ਕੱਲ੍ਹ ਤਾਂ ਦੇਖਦੇ ਪਏ ਨੇ ਕਿ ਗੱਲ ਛੋਟੀ ਜੀ ਨਹੀਂ, ਇਹ ਗੱਲ ਬਹੁਤ ਡੂੰਘੀ ਆ। ਜਿਸ ਤਰ੍ਹਾਂ ਜਿਸਮੇ ਜੀ ਦੱਸਿਆ ਕਿ ਉਸ ਦੇ ਪਿੱਛੇ ਕਈ ਗੱਲ ਨੇ, ਸਾਡਾ ਸਮਾਜਿਕ ਕੁਰੀਤੀਆਂ, ਸਾਡੇ ਉਹੀ ਸਾਡਾ ਸਮਾਜ ਉੱਥੇ ਹੀ ਅਜੇ ਵੀ ਕਈ ਵਾਰ ਉੱਥੇ ਜਾ ਕੇ ਖੜ੍ਹ ਜਾਂਦਾ। ਇਹ ਉਹੀ ਸਮਾਜ ਆ ਜਿਸ ਦੇ ਵਿੱਚ ਜਿਉਂਦੀ ਔਰਤ ਨੂੰ ਜਾਲ ਦਿੱਤਾ ਜਾਂਦਾ ਸੀ, ਸਤੀ ਕਰ ਦਿੰਦੇ ਸੀ ਅਸੀਂ। ਇਹ ਉਹੀ ਸਮਾਜ ਆ ਜਿੱਥੇ ਹੁਣ ਤੱਕ ਸਾਡੇ ਬੇਟੀਆਂ ਨੂੰ ਗਲਾਂ 'ਚ ਗੁੱਠੇ ਕਹਾਵਤਾਂ ਬਣੀਆਂ ਹੋਈਆਂ, ਧਤੂਰਾ ਦੇ ਕੇ ਮਾਰ ਦਿੰਦੇ ਸੀਗੇ। ਉਹੀ ਸਮਾਜ ਆ, ਉਸ ਦੇ ਵਿੱਚੋਂ ਕੁਰੀਤੀਆਂ ਚੱਲੀਆਂ ਆ ਰਹੀਆਂ। ਇਹ ਉਹੀ ਸਮਾਜ ਆ ਜਿੱਥੇ ਮਲਖੀ ਰਾਜਿਆਂ ਦੀਆਂ 350-350 ਰਾਣੀਆਂ ਸੀਗੀਆਂ। ਇਹ ਉਹੀ ਸਮਾਜ ਆ। ਉਹ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਆ ਉਹ ਅਜੇ ਵੀ ਚੱਲੀਆਂ ਆਉਂਦੀਆਂ, ਉਹ ਜਿਹੜੀ ਭਾਵਨਾਵਾਂ ਆ, ਉਹ ਕਲਚਰ ਸਾਡਾ, ਉਹ ਸੱਭਿਆਚਾਰ ਅਜੇ ਵੀ ਸਾਡੇ ਵਿੱਚ ਹੈਗਾ। ਉਸੇ ਕਲਚਰ ਦੇ ਵਿੱਚੋਂ ਇਹ ਕੁਛ ਵਾਪਰਦਾ ਉਂਗਰਦਾ ਆ। ਉਹ ਕਲਚਰ ਨੂੰ ਫਾਂਸੀ ਲਾਉਣ ਦੀ ਗੱਲ ਆ ਸਾਡੇ ਵੀਰ ਕਈ। ਮੈਂ ਅੱਗੇ ਵੀ ਕਹਿੰਦਾ ਨਾ ਕਿ ਬਹੁਤ ਸਾਰੇ ਲੋਕ ਸਾਡੇ ਜਿਹੜੇ ਸਮਾਜਿਕ ਵਿਗਿਆਨੀ ਨੇ, ਸੋਸ਼ਲ ਸਾਇੰਟਿਸਟ, ਉਹ ਵੀ ਕਹਿੰਦੇ ਨੇ ਕਿ ਉਹਨਾਂ ਨੂੰ ਫਾਂਸੀ ਲੱਗਣੀ ਚਾਹੀਦੀ ਆ। ਇਹ ਇੱਕ ਗੁੱਸੇ ਦੀ ਪਹਿਚਾਣ ਕਰਾਉਂਦਾ, ਪਰ ਅਸਲ ਦੇ ਵਿੱਚ ਕੀ ਹੈ, ਮੈਂ ਅੱਗੇ ਕਿਹਾ ਕਿ ਉਹਨਾਂ ਲੋਕ ਉਸ ਬੰਦੇ ਨੂੰ ਜਾਂ ਉਹਨਾਂ ਬੰਦਿਆਂ ਨੂੰ ਫਾਂਸੀ ਲਾਉਣੀ ਨਹੀਂ, ਉਹਨਾਂ ਨੂੰ ਹੋਰ ਤਰ੍ਹਾਂ ਸਜ਼ਾ ਦੇਣੀ ਚਾਹੀਦੀ ਆ ਉਹਨਾਂ ਨੂੰ, ਜਿਸ ਦੇ ਵਿੱਚ ਲੋਕਾਂ ਨੂੰ, ਆਮ ਲੋਕਾਂ ਨੂੰ ਪਤਾ ਲੱਗੇ। ਉਹ ਜਿਹੜਾ ਬੰਦਾ ਜਿਹੜਾ ਰੇਪ ਕੀਤਾ, ਉਹਨਾਂ ਨੂੰ ਸਵੇਰੇ ਸ਼ਾਮ 2 ਵਾਰ ਜੇਲ੍ਹ ਦੇ ਬਾਹਰ ਲਿਆ ਕੇ ਮੂੰਹ ਕਾਲਾ ਕਰਕੇ ਬਿਠਾਇਆ ਜਾਵੇ, ਉਹਨਾਂ ਦੇ ਥੱਪੜ ਮਾਰੇ ਜਾਣ, ਛਿੱਤਰ ਮਾਰੇ ਜਾਣ, ਉਹਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੱਸਿਆ ਜਾਵੇ ਲੋਕਾਂ ਨੂੰ ਵੀ ਇਹਨੇ ਆਹ ਕੀਤਾ ਸੀ, ਆਹ ਕੁਛ ਹੋਇਆ, ਤਾਂ ਮਿਲਦਾ ਫਾਂਸੀ ਦੇ ਦਿੱਤੀ, ਉਹਦੇ ਨਾਲ ਤਾਂ ਮਰ ਜੂਗਾ ਉਹ, ਫਾਂਸੀ ਲਈ ਤਾਂ ਗਲਾ ਖਤਮ। ਪਰ ਗੱਲ ਆ ਵੀ ਸਮਾਜ ਨੂੰ ਕਿੱਦਾਂ ਸਮਝਾਉਣਾ ਆ, ਲੋਕਾਂ ਨੂੰ ਕਿੱਦਾਂ ਸਮਝਾਉਣਾ, ਉਹ ਐਗਜ਼ਾਮਪਲ ਕਿੱਦਾਂ ਬਣਾਉਣੀ ਆ, ਇਹ ਸਾਡੇ ਲਈ ਜ਼ਰੂਰੀ ਆ। ਹਾਂਜੀ, ਮੈਨੂੰ ਜੀ ਇੱਕ ਗੱਲ ਚੇਤੇ ਆਈ, ਚਾਈਨਾ ਦੇ ਵਿੱਚ ਮਾਓ ਜ਼ੇਦੁੰਗ ਦਾ ਨਾਂ ਆਪਾਂ ਸੁਣਿਆ ਸਾਰਿਆਂ ਨੇ, ਉਹਨਾਂ ਦੇ ਬਾਰੇ ਚੱਕੋ ਜਦੋਂ ਮੇਅਰ ਸੀ ਤਾਂ ਕਿਹਾ ਜਾਂਦਾ ਕਿ ਉੱਥੇ ਇੱਕ ਬੱਚੀ ਨਾਲ ਬਲਾਤਕਾਰ ਹੋ ਗਿਆ ਸੀ, ਅਤੇ ਉਹਨਾਂ ਨੇ ਪੋਲੀਟੀਕਲ ਤੌਰ 'ਤੇ ਉਹਨਾਂ ਨੇ ਆਣ ਕੇ ਜਦੋਂ ਉਹਨੂੰ ਮਿਲੇ ਤਾਂ ਬੱਚੀ ਨੂੰ ਆਣ ਕੇ ਉਹਨਾਂ ਨੇ ਇੱਕ ਗੱਲ ਪੁੱਛੀ ਵੀ ਜਦੋਂ ਤੇਰੇ ਨਾਲ ਮਤਲਬ ਰੇਪ ਹੋਇਆ ਤਾਂ ਕੀ ਤੂੰ ਚੀਕਾਂ ਮਾਰੀਆਂ ਰੌਲਾ ਪਾਇਆ ਸੀ? ਤਾਂ ਉਹ ਕਹਿੰਦੀ ਵੀ ਹਾਂ। ਉਹ ਕਹਿੰਦੇ ਵੀ ਜੇ ਤੈਨੂੰ ਮੈਂ ਫਿਰ ਕਹਾਂ ਤੂੰ ਉਨੀ ਆਵਾਜ਼ 'ਚ ਫਿਰ ਚੀਕਾਂ ਮਾਰ ਸਕਦੀ ਹਾਂ? ਉਹ ਕਹਿੰਦੀ ਹਾਂ। ਔਰ ਉਹਨਾਂ ਨੇ ਕਹਿੰਦੇ ਵੀ ਜਿਹੜੀ ਪੁਲਿਸ ਸੀ ਉਹਨੂੰ ਕਿਹਾ ਵੀ ਪਿੰਡ ਦੇ ਦੁਆਲੇ ਸਾਰਾ ਜਿਹੜਾ ਏਰੀਆ ਇਹਦੇ ਦੁਆਲੇ ਕਵਰ ਕਰ ਲਓ ਇਹਨੂੰ, ਅਤੇ ਉਸ ਬੱਚੀ ਨੂੰ ਕਿਹਾ ਗਿਆ ਵੀ ਤੂੰ ਚੀਕਾਂ ਮਾਰ। ਅਤੇ ਉਹਨੇ ਜਦੋਂ ਦੁਬਾਰਾ ਚੀਕਾਂ ਮਾਰੀਆਂ ਤਾਂ ਉਹਨੇ ਕਿਹਾ ਵੀ ਪੁਲਿਸ ਵਾਲਿਆਂ ਨੂੰ ਸਾਰੇ ਜਿਹੜੇ ਪਿੰਡ 'ਚ ਜਾ ਕੇ ਪੁੱਛੋ ਵੀ ਕਿਹਨੂੰ ਕਿਹਨੂੰ ਇਹ ਚੀਕਾਂ ਸੁਣੀਆਂ।
ਔਰ ਉਹ ਜਿੱਥੋਂ ਤੱਕ ਸੁਣੀਆਂ ਉਹ ਕਹਿੰਦਾ ਵੀ ਉੱਥੋਂ ਤੱਕ ਜਿਹੜੇ ਬੰਦੇ ਉਹਨਾਂ ਨੂੰ ਇਕੱਠੇ ਕਰ ਲਓ ਸਾਰਿਆਂ ਨੂੰ ਜਿਹੜੇ ਖਾਸ ਕਰਕੇ ਮਰਦਾ। ਔਰ ਉਹਨਾਂ ਨੇ ਪੁਲਿਸ ਵਾਲਿਆਂ ਨੇ ਉੱਦਾਂ ਹੀ ਕੀਤਾ ਵੀ ਜਿੰਨੇ ਏਰੀਏ 'ਚੋਂ ਜਿਸ ਤਰ੍ਹਾਂ ਜਿਸ ਜਗ੍ਹਾ 'ਤੇ ਬਲਾਤਕਾਰ ਹੋਇਆ ਸੀ ਉੱਥੋਂ ਜਿੰਨੇ ਏਰੀਏ 'ਚੋਂ ਚੀਕਾਂ ਸੁਣੀਆਂ ਸੀ ਉਹਨਾਂ ਨੇ ਸਾਰੇ ਇਕੱਠੇ ਕਰ ਲਏ। ਔਰ ਉਹ ਕਹਿੰਦਾ ਵੀ ਇਹਨਾਂ ਨੂੰ ਤੁਹਾਨੂੰ ਕੁਛ ਟਾਈਮ ਦਿੱਤਾ, ਇੰਨੇ ਟਾਈਮ ਬਾਅਦ ਤੁਹਾਨੂੰ ਗੋਲੀ ਮਾਰ ਦਿੱਤੀ ਜਾਊਗੀ, ਜਾਂ ਜਿਹੜੇ ਬੰਦੇ ਨੇ ਬਲਾਤਕਾਰ ਕੀਤਾ ਉਹ ਦੱਸ ਦਿਓ। ਔਰ ਉਹ ਕੁਦਰਤੀ ਹੈ ਕਿ ਉਸ ਟਾਈਮ, ਕਿਉਂਕਿ ਬਹੁਤ ਪੁਰਾਣੀ ਗੱਲ ਆ ਕਿ ਉਸ ਟਾਈਮ ਉੱਥੇ ਵੀ ਬਹੁਤ ਇਸ ਤਰ੍ਹਾਂ ਦੇ ਕ੍ਰਾਈਮ ਹੁੰਦੇ ਸੀ, ਔਰ ਜਦੋਂ ਉਹਨਾਂ ਨੇ ਚੁੱਪ ਕਰਕੇ ਬੰਦਾ ਸਾਹਮਣੇ ਲਿਆ ਕੇ ਖੜਾ ਕਰਤਾ ਵੀ ਆਹ ਜੀ, ਕਿਉਂਕਿ ਇਹ ਜਿਹੜੀਆਂ ਇਹੋ ਜਿਹੇ ਲੋਕ ਆ ਸਾਡੇ ਸਮਾਜ ਦੇ ਵਿੱਚ ਹੀ ਲੁਕੇ ਹੁੰਦੇ, ਸਾਡਾ ਸਮਾਜ ਹੀ ਉਹਨਾਂ ਨੂੰ ਸ਼ਹਿ ਦਿੰਦਾ ਕਿ ਜਿਹੜੇ ਸਾਡੇ ਲੀਡਰ ਆ ਉਹਨੂੰ ਸ਼ਹਿ ਦਿੰਦੇ। ਜੇ ਸਾਡੇ ਲੀਡਰ ਉਸ ਤਰ੍ਹਾਂ ਦੇ ਫੈਸਲੇ ਲੈਣ ਲੱਗ ਜਾਣਗੇ ਕਿ ਇਹਨੂੰ ਲਿਆਓ ਭਾਈ ਅਤੇ ਇਹਨੂੰ ਗੋਲੀ ਮਾਰੋ, ਅਤੇ ਆਪਣੇ ਆਪ ਉਹ ਸਾਰੇ ਜਿਹੜੇ ਲੋਕ ਇਸ ਚੀਜ਼ ਤੋਂ ਦੂਰ ਹਟ ਜਾਣਗੇ। ਜਿਸ ਤਰ੍ਹਾਂ ਕਿ ਹੁਣ ਜੇ ਇਕੱਲੀ ਸੁਪਰੀਮ ਕੋਰਟ ਕਹੀ, ਸੁਪਰੀਮ ਕੋਰਟ ਦੇ ਹੱਥ ਬਹੁਤ ਬੰਨੇ ਹੁੰਦੇ ਆ ਕਿ ਉਹਦੇ ਕੋਲ ਇੱਕ ਉਹ ਕਾਨੂੰਨ ਆਪਣਾ ਬਣਾ ਜਿਹੜਾ ਹੈਗਾ ਉਹ ਉਹਦੇ 'ਤੇ ਫੈਸਲਾ ਸੁਣਾ ਸਕਦੀ ਹੈ, ਪਰ ਕਾਨੂੰਨ ਨੂੰ ਲਾਗੂ ਕਰਨ ਵਾਲੇ ਜਿਹੜੇ ਥੱਲੇ ਸਾਡੀ ਪੁਲਿਸ ਆ ਅਤੇ ਜਿਹੜਾ ਸਾਡਾ ਐਡਮਿਨਿਸਟ੍ਰੇਟਿਵ ਆ ਅਤੇ ਸਾਡਾ ਪੋਲੀਟੀਕਲ ਢਾਂਚਾ ਉਹ ਬਹੁਤ ਕਰਪਟ ਆ। ਹੁਣ ਜੇ ਅਸੀਂ ਕਹੀਏ ਹੁਣ ਕੋਰਟ ਨੇ ਚਲੋ ਫੈਸਲਾ ਦਿੱਤਾ ਹੈ ਕਿ ਇਹਦੇ 'ਚ SIT ਜਿਹੜੀਆਂ ਬਣਾਈਆਂ ਜਾਣ, ਔਰ ਹਰ ਜਿਹੜੀ ਹੈਗੇ ਆ ਮੈਡੀਕਲ ਜਿਹੜੇ ਡਿਪਾਰਟਮੈਂਟ ਆ ਜੁੜੇ ਲੋਕ ਆ ਉਹਨਾਂ ਦੀ ਸੁਰੱਖਿਆ ਨੂੰ ਸਹੀ ਢੰਗ ਨਾਲ, ਪਰ ਕਰਨਾ ਕਿਹਨੇ ਆ ਜਦੋਂ ਕਿ ਇਸ ਕੇਸ ਦੇ ਵਿੱਚ ਜਿਹੜਾ ਬੰਦਾ ਉਹ ਪੁਲਿਸ ਦੀ ਜੈਕਟ ਪਾ ਕੇ ਘੁੰਮਦਾ ਰਹਿੰਦਾ, ਔਰ ਉਹ ਕਿਹਾ ਜਾਂਦਾ ਕਿ ਹੋਸਪਿਟਲ ਦੇ ਵਿੱਚ ਉਹ ਕਮਿਸ਼ਨ ਵੀ ਲੈ ਰਿਹਾ ਉਹ, ਔਰ ਮੈਨੂੰ ਇੱਥੋਂ ਤੱਕ ਪਤਾ ਲੱਗਦਾ ਹੈ ਕਿ ਉਸ ਬੰਦਾ ਜਿਹੜਾ ਉਹਦਾ ਹਸਪਤਾਲ ਦੇ ਵਿੱਚ ਇੰਨਾ ਮਤਲਬ ਦਬਦਬਾ ਹੈ ਤਾਂ ਉਹਦੀ ਪ੍ਰਿੰਸੀਪਲ ਜਾਂ ਹੋਰ ਅਹੁਦਿਆਂ ਤੱਕ ਵੀ ਚੰਗੀ ਅਪਰੋਚ ਹੋਊਗੀ, ਕਿਉਂਕਿ ਜਿਹੜਾ ਬੰਦਾ ਉੱਥੇ ਕੋਈ ਮਰੀਜ਼ਾਂ ਨੂੰ ਐਡਮਿਟ ਕਰਾਉਣ ਦੇ ਪੈਸੇ ਲੈਂਦਾ ਰਿਹਾ, ਵਿੱਚੋਂ ਕਮਿਸ਼ਨ ਖਾਂਦਾ ਰਿਹਾ, ਔਰ ਉਹਦੀ ਕਿੰਨਿਆਂ ਬੰਦਿਆਂ ਨਾਲ ਗਾਂ ਲੱਕ ਲਕਾ ਹੋਊਗਾ। ਇਹਦੇ ਪਿੱਛੇ ਹੁਣ ਕਾਫੀ ਰਿਪੋਰਟਾਂ ਆ ਰਹੀਆਂ ਕਿ ਬਹੁਤ ਹੋਰ ਲੋਕ ਵੀ ਲੁਕੇ ਹੋਏ ਸੀ, ਜਿਹੜੇ ਕਿ ਹੋ ਸਕਦਾ ਕਿ ਜਿਸ ਬੰਦੇ ਨੂੰ ਮੂਹਰੇ ਲਾ ਕੇ ਇੱਕ ਉਹਦਾ ਫੇਸ ਬਣਾਇਆ ਗਿਆ ਉਹ ਨਾ ਹੋਵੇ, ਉਹਦੇ ਪਿੱਛੇ ਹੋਰ ਵੀ ਕਿੰਨੇ ਨਾ ਹੋਣਗੇ, ਔਰ ਪੋਲੀਟੀਕਲ ਅਪਰੋਚ ਵਾਲੇ ਜਾਂ ਕੋਈ ਐਡਮਿਨਿਸਟ੍ਰੇਟਿਵ ਦੇ ਬੰਦੇ ਹੋਣਗੇ। ਅਸਲ ਵਿੱਚ ਜਿਹੜਾ ਉਸ ਚੀਜ਼ ਨੂੰ ਜਾਂ ਉਹਨਾਂ ਲੋਕਾਂ ਨੂੰ ਫੜਨ ਦੀ ਲੋੜ ਹੈ ਜਿਹੜੇ ਇਹ ਸਭ ਕੁਝ ਕਰਵਾ ਰਹੇ ਆ, ਕਰਨ ਵਾਲਾ ਜਿਹੜਾ ਉਹ ਉਹਨਾਂ ਕਸੂਰਵਾਰ ਆ, ਉਹਨਾਂ ਨਾਲੋਂ ਘੱਟ ਆ ਜਿਹੜੇ ਕਰਵਾਉਣ ਵਾਲੇ ਆ, ਕਿ ਉਹ ਹਾਲਾਤ ਜਿਹੜੇ ਉਹਨਾਂ ਨੇ ਪੈਦਾ ਕੀਤੇ ਆ, ਹਾਲਾਤ ਬਣਾਏ ਆ ਉਸ ਜਗ੍ਹਾ ਉਸ ਬੱਚੀ ਨੂੰ। ਔਰ ਕਿਹਾ ਜਾਂਦਾ ਕਿ ਉੱਥੇ ਇੰਨੀਆਂ ਲੰਮੀਆਂ ਲੰਮੀਆਂ ਸ਼ਿਫਟਾਂ, ਜਿਹੜੇ ਬੱਚੇ ਮਤਲਬ ਇਹੋ ਨਵੇਂ ਸੀ ਉਹਨਾਂ ਤੋਂ ਬਹੁਤ ਲੰਮੀਆਂ ਲੰਮੀਆਂ ਸ਼ਿਫਟਾਂ ਲਈਆਂ ਜਾਂਦੀਆਂ ਸੀ, ਇਸੇ ਕਰਕੇ ਉਹ ਕੁੜੀ ਮਤਲਬ ਥੱਕ ਕੇ ਜਾ ਕੇ ਉੱਪਰ ਉਹਦੇ 'ਚ ਸੌਣ ਲੱਗੀ ਆ, ਔਰ ਉਹਦੇ ਜਿਹੜੇ ਨਾਲ ਦੇ ਡਾਕਟਰ ਆ ਹੋ ਸਕਦਾ ਕਿ ਉਹਨਾਂ ਦੇ ਮਿਲੀ ਭੁਗਤ ਹੋਵੇ, ਉਹਨਾਂ ਨੇ ਉਹਨੂੰ ਭੇਜਿਆ ਕਿ ਜਾ ਕੇ ਤੂੰ ਆਰਾਮ ਕਰ ਲੈ, ਕਿਉਂਕਿ ਇਹੀ ਤਾਂ ਜਿਹੜੀ ਤਬਦੀਸ਼ ਦੇ ਬਾਅਦ 'ਚ ਗੱਲਾਂ ਸਾਹਮਣੇ ਆਉਣੀਆਂ। ਪਰ ਇਹ ਦੇਖਿਆ ਜਾਣਾ ਚਾਹੀਦਾ ਵੀ ਇਹਦੇ ਪਿੱਛੇ ਕਿੰਨੇ ਲੋਕ ਆ, ਜਿਹੜੇ ਸਿਸਟਮ ਆ ਇਹ ਚੱਲ ਰਿਹਾ ਇਹਦੇ ਪਿੱਛੇ ਜਿਹੜੇ ਕੰਮ ਕਰ ਰਹੇ ਆ, ਦਿਮਾਗ ਜਿਹੜੇ ਕੰਮ ਕਰ ਰਹੇ ਆ, ਜਿਹੜੇ ਗਲਤ ਦਿਮਾਗ ਆ ਉਹਨਾਂ ਦਿਮਾਗਾਂ ਦੇ ਅੰਦਰ ਝਾਤੀ ਮਾਰਨ ਦੀ ਲੋੜ ਆ, ਔਰ ਉਹਨਾਂ ਜਿਹੜੇ ਗੰਦੇ ਦਿਮਾਗਾਂ ਨੂੰ ਹਮੇਸ਼ਾ ਸਾਹਮਣੇ ਲਿਆ ਕੇ ਉਹਨਾਂ ਨੂੰ ਜਿਸ ਤਰ੍ਹਾਂ ਭਾਅ ਜੀ ਨੇ ਕਿਹਾ ਕਿ ਕਾਲੇ ਮੂੰਹ ਕਰਕੇ ਬਿਠਾਇਆ ਜਾਵੇ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਜਾ ਕੇ ਇਹ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਇਹ ਜਾਂ ਇਹੋ ਜਿਹੇ ਜਿਹੜੇ ਕਤਲ ਆ ਜਾਂ ਕੇਸ ਆ ਉਹ ਹੁਣ ਹਟਣਗੇ। ਦੋਸਤੋ ਜਿਹੜੀ ਆਪਾਂ ਆਮ ਮਹਿਸੂਸ ਨਹੀਂ ਕਰਦੇ, ਸਾਡੇ ਭੈਣ ਭਾਈ ਸਾਰੇ ਇਹ ਕਹਿੰਦੇ ਹਾਂ ਅਸੀਂ ਕਈ ਵਾਰ ਕਿ ਮੈਂ ਤਾਂ ਜੀ ਮੈਂ ਪੋਲੀਟੀਕਲ 'ਚ ਪੋਲੀਟਿਕਸ 'ਚ ਹਿੱਸਾ ਹੀ ਲੈਂਦਾ, ਮੈਂ ਨਹੀਂ ਅਸੀਂ ਰਾਜ ਜੀ, ਪਰ ਦੋਸਤੋ ਮੈਂ ਅੱਗੇ ਵੀ ਹਮੇਸ਼ਾ ਕਹਿੰਦਾ ਤੁਸੀਂ ਪੋਲੀਟਿਕਸ ਵਿੱਚ ਹਿੱਸਾ ਲਵੋ ਜਾਂ ਨਾ ਲਵੋ, ਪੋਲੀਟਿਕਸ ਤੁਹਾਡੇ ਚੁੱਲ੍ਹੇ ਤੱਕ ਤੁਹਾਡੇ ਘਰ ਤੱਕ ਪਹੁੰਚ ਜਾਂਦੀ ਆ, ਉਹਦਾ ਅਸਰ ਤੁਹਾਡੇ ਘਰ 'ਚ ਪਹੁੰਚਦਾ, ਤੁਹਾਡਾ ਚੁੱਲ੍ਹਾ ਤੁਹਾਨੂੰ ਦੱਸਿਆ ਵੀ ਬਣਦਾ ਨਹੀਂ ਬਣਦਾ ਕਿੱਦਾਂ ਦਾ ਬਣਦਾ ਉਹ 'ਚ ਕੀ ਪੱਕਦਾ ਇਹ ਸਾਰਾ ਪੋਲੀਟਿਕਸ ਦੇ ਥੱਲੇ ਆਉਂਦਾ। ਉਹ ਬੰਦਾ ਉਸ ਸਕੂਲ ਦਾ ਪ੍ਰਿੰਸੀਪਲ ਜਿਹਨੂੰ 3 ਵਾਰ ਕੱਢਿਆ ਜਾਂਦਾ 3 ਵਾਰ ਫਿਰ ਰੱਖ ਲਿਆ ਜਾਂਦਾ, ਕੀ ਸੌਖਾ ਇਸ ਤਰ੍ਹਾਂ ਹੋਣਾ, ਫਿਰ ਮੁੜ ਕੇ ਆ ਜਾਂਦਾ, ਜਾਂ ਤਾਂ ਉਹਦੀ ਪੁਲਿਸ ਉੱਥੇ ਪੋਲੀਟਿਕਸਲ ਜਿਹੜੇ ਪੋਲੀਟੀਸ਼ੀਅਨ ਉਹਨਾਂ ਨਾਲ ਲਿੰਕਸ ਨੇ, ਉਹ ਪੋਲੀਟੀਸ਼ੀਅਨ ਕੌਣ ਨੇ ਕਿਸ ਤਰ੍ਹਾਂ ਦੇ ਨੇ,
ਉਹ ਸਾਰਾ ਕੁਝ ਇਹ ਹੈਗਾ ਆ। ਹੁਣ ਇੱਕ ਗੱਲ ਬਹੁਤ ਜ਼ੋਰ ਨਾਲ ਲੜਾਈ ਲਗਭਗ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਆ ਵੀ ਇਹ ਭਾਜਪਾ ਦੀ ਅਤੇ TMC ਦੀ ਮਮਤਾ ਬੈਨਰਜੀ ਦੀ ਲੜਾਈ ਆ, ਇਸ ਤਰ੍ਹਾਂ ਬਣਾ ਦਿੱਤਾ ਗਿਆ। ਤਾਂ ਉਸ ਦਿਨ ਬੰਦੇ ਕਹਿੰਦੇ 7-8 ਹਜ਼ਾਰ ਬੰਦਾ ਉੱਥੇ ਅੰਦਰ ਘੁਸ ਕੇ ਜਿਨ੍ਹਾਂ ਨੇ ਕਿੰਨੀ ਤੋੜ ਫੋੜ, ਜਿਹੜੇ ਐਵੀਡੈਂਸ ਸੀਗੇ ਉਹ ਕੌਣ ਸੀ ਔਰ ਪੁਲਿਸ ਨੂੰ ਕੀ ਪਤਾ ਨਹੀਂ ਸੀਗਾ। ਔਰ ਇਹ ਦੇਖੋ ਕਿ ਇਹ ਇੱਕ ਗੁੰਡਾਗਰਦੀ ਹੈ ਸ਼ਰੇਆਮ ਕਿ ਉਸ ਕੇਸ ਨੂੰ ਦਾ ਧਿਆਨ ਕਿਸੇ ਹੋਰ ਪਾਸੇ ਭਟਕਾਉਣ ਲਈ ਇੰਨੇ ਬੰਦੇ ਉੱਥੇ ਅੰਦਰ ਵਾੜੇ ਗਏ ਕਿ ਉਹਦਾ ਪੁਲਿਸ ਨੂੰ ਉਸ ਟਾਈਮ ਕੋਈ ਇਨਫੋਰਮੇਸ਼ਨ ਨਹੀਂ ਸੀ। ਜਦਕਿ ਪੁਲਿਸ ਵਾਲੇ ਕਹਿ ਰਹੇ ਕਿ ਲੋਕ ਉੱਥੇ ਕੈਂਡਲ ਮਾਰਚ ਕੱਢ ਰਹੇ ਸੀ ਜਾਂ ਉੱਦਾਂ ਔਰਤਾਂ ਬਾਹਰ ਆਈਆਂ ਸੀ ਉਹਨਾਂ ਦੀ ਸੁਰੱਖਿਆ 'ਚ ਲੱਗੇ ਹੋਏ ਸੀ, ਪਰ ਕੀ ਉਹ ਜਿਹੜੇ ਉਹ ਲੰਘ ਕੇ ਆਏ ਇੰਨੇ ਲੋਕ ਉਹ ਅਕਸਰ ਉਹਨਾਂ ਥਾਵਾਂ ਵਿੱਚ ਦੀ ਕਿਤੋਂ ਨਾ ਕਿਤੋਂ ਲੰਘ ਕੇ ਆਏ ਜਿੱਥੇ ਕੈਂਡਲ ਮਾਰਚ ਹੋ ਰਿਹਾ ਸੀ ਜਾਂ ਹੋਰ ਸਾਰਾ ਕੁਝ ਹੋ ਰਿਹਾ ਸੀ, ਕਿਉਂਕਿ ਪੂਰੇ ਕੋਲਕਾਤਾ ਵਿੱਚ ਉਹ ਕਹਿ ਰਿਹਾ ਕਿ ਹੋ ਰਿਹਾ ਸੀ। ਪਰ ਅਸਲ ਕਾਰਨ ਇਹ ਹੈ ਕਿ ਇਹ ਜਿਹੜੇ ਲੋਕ ਜਾਣ ਬੁੱਝ ਕੇ ਅੱਖਾਂ ਮੀਚਦੇ ਔਰ ਜਾਣ ਬੁੱਝ ਕੇ ਕਰਵਾਉਂਦੇ ਆ, ਇਹਦੇ ਪਿੱਛੇ ਬਹੁਤ ਜ਼ਿਆਦਾ ਡੂੰਘੀਆਂ ਸਾਜ਼ਿਸ਼ਾਂ ਹੁੰਦੀਆਂ। ਹਾਂਜੀ, ਕਾਸ਼ੀ ਟੀਵੀ ਦੇ ਸਵਾਗਤ ਹੈ ਜੀ ਤੁਹਾਡਾ। ਆਪਣੀ ਮੈਂ ਹਾਂਜੀ ਚਰਨਜੀਤ ਬੋਲਦਾ ਹੈਗਾ। ਹਾਂਜੀ ਜੀ, ਆਇਆਂ ਨੂੰ ਵਕੀਰ ਚੰਦ ਜੀ। ਹਾਂਜੀ ਹਾਂਜੀ, ਅਤੇ ਆਪਣੇ ਵਕੀਰ ਚੰਦ ਨੇ ਚਰਨਜੀਤ ਆ। ਹਾਂਜੀ ਸੋਰੀ ਸਰ, ਮਾਫ ਕਰਨਾ, ਜੈ ਗੁਰਦੇਵ ਧੰਨਵਾਦ ਮਹਾਰਾਜ ਜੀ ਆਇਆਂ ਨੂੰ ਸਭ ਜੀ, ਮਾਫ ਕਰਨਾ। ਮੈਂ ਤਾਂ ਇਹ ਨਹੀਂ, ਕੋਈ ਨਹੀਂ ਹੋਣਾ ਧਿਆਨ ਉੱਥੇ, ਕਿਉਂਕਿ ਮੈਂ ਤਾਂ ਇਹ ਜੋ ਕੋਈ ਹੈਗਾ ਆਪਾਂ ਸੁਣਿਆ ਹੈਗਾ। ਹਾਂਜੀ, ਦੇ ਹਿਸਾਬ ਨਾਲ ਜੋ ਕੋਈ ਹੋਰ ਬਹੁਤ ਮਾੜਾ ਹੋਇਆ ਹੈਗਾ, ਕਿਉਂਕਿ ਇੱਦਾਂ ਦੀਆਂ ਘਟਨਾਵਾਂ ਪਾ ਕੇ ਜਦੋਂ ਦਿੱਲੀ ਦੇ ਵਿੱਚ ਹੋਇਆ ਸੀਗਾ ਕਹਿੰਦੇ ਸੀ ਉਹਨੂੰ ਫਾਂਸੀ ਦਿੱਤੀ ਜਾਊਗੀ, ਉਹਨੂੰ ਸਖ਼ਤ ਹੋਊਗੇ, ਤਾਂ ਫਿਰ ਜਿਹੜੀ ਪਤਾ ਨਹੀਂ ਉਹ ਤੋਂ ਬਾਅਦ ਕਿੰਨੀਆਂ ਕੁ ਜਿਹੜੀਆਂ ਹੈਗੀਆਂ ਵਿਚਾਰੀਆਂ ਜਿਹੜੀਆਂ ਇੱਦਾਂ ਦੇ ਬਲਾਤਕਾਰ ਹੋਏ ਹੈ ਕਿੰਨੀਆਂ, ਇਹ ਤਾਂ ਜਿਹੜਾ ਕੋਈ ਕੇਸ ਸਾਹਮਣੇ ਆ ਜਾਂਦਾ ਹੈਗਾ ਜਾਂ ਕੋਈ ਹੈਗੇ ਅਤੇ ਉਹਨਾਂ ਦੀ ਕਿ ਹੈਗੇ ਆ ਲੋਕ ਜਿਹੜੇ ਹੈਗੇ ਸਮਝਦੇ ਵੀ ਇਹਦੇ ਬਾਰੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਹੈਗਾ। ਅਤੇ ਜਿੱਥੋਂ ਕਿਉਂਕਿ ਤੁਹਾਡੇ ਵਿਚਾਰ ਵੀ ਸੁਣੇ ਹੈਗੇ ਆ ਜਾਂ ਹੋਰ ਆਪਾਂ ਸੁਣੀਦੇ, ਇਹ ਕਿਉਂਕਿ ਜਿਹੜੇ ਪਾਰਟੀਆਂ ਜਿਹੜੀਆਂ ਹੈਗੀਆਂ ਦੋ ਤਿੰਨ ਪਾਰਟੀਆਂ ਟੁੱਪਦੇ ਹੈਗੀਆਂ ਉਹ ਨਾਲ ਵਾਲ ਕੇ ਹੈਗੇ ਆ ਜਿੱਦਾਂ ਵੀ ਉਹ ਕਰਾ ਰਹੀ ਆ ਉਹਦੀ ਪਹੁੰਚ ਹੈਗੀ ਆ ਜਿਹੜੇ ਬੰਦਿਆਂ ਦੀ, ਅਤੇ ਨਹੀਂ ਤਾਂ ਉਹ ਜਿਹੜੇ ਬੰਦੇ ਨੂੰ ਜਿਹੜਾ ਇੱਥੇ ਪ੍ਰਿੰਸੀਪਲ ਜਾਂ ਕੌਣ ਕਿੱਥੇ ਜਿਹੜਾ ਵੀ ਸੀਗਾ ਉੱਥੇ ਮੋਹਰੇ ਉਹਨੂੰ ਚੇਂਜ ਹੋਣਾ ਚਾਹੀਦਾ ਹੋਵੇ, ਸ਼ਾਇਦ ਵੀ ਉਹਦੇ ਹੱਥੋਂ ਜਿਹੜਾ ਹੈਗਾ ਵੀ ਪਤਾ ਨਹੀਂ ਵੀ ਉਹਨੂੰ ਕਰਾਇਆ ਜਾਂ ਨਹੀਂ ਕਰਾ ਪਾ, ਉਹਦਾ ਹੱਥ ਵੀ ਹੋ ਸਕਦਾ ਵਿੱਚ ਜਿਹੜਾ ਮੁੜ ਕੇ ਜਿਹੜਾ ਹੈਗਾ ਉਹਦੇ ਵੀ ਅਗੇਂਸਟ ਉਹਦੇ ਬੋਲੇ ਹੈਗੇ ਵੀ ਉਹਨੂੰ ਚੇਂਜ ਹੋਣਾ ਚਾਹੀਦਾ ਵੀ ਉਹਦਾ ਵਿਹਾਰ ਠੀਕ ਨਹੀਂ ਸੀਗਾ। ਅਤੇ ਨਾਲ ਹੋਰ ਵੀ ਜਿਹੜੇ ਹੈ ਕਿਉਂਕਿ ਜਿਹੜੇ ਕਾਫੀ ਕੁਝ ਘਪਲਾ ਕੀਤਾ ਗਿਆ ਹੈਗਾ ਆ, ਅਤੇ ਕਈਆਂ 'ਤੇ ਵੀ ਆਉਂਦਾ ਪੁਲਿਸ 'ਤੇ ਵੀ ਆਉਂਦਾ ਹੈਗਾ ਜੀ ਉਹ ਆਪਣਾ ਸਹੀ ਕੰਮ ਕਰਦੀ ਇੰਨੀ ਨਾ ਸ਼ਾਇਦ ਵੀ ਮੁਜ਼ਾਹਰੇ ਕਰਨੇ ਪੈਂਦੇ ਜਾਂ ਹੋਰ ਹੀ ਕਿੱਦਾਂ ਹੈਗਾ ਲੋਕਾਂ ਨੇ ਕਹਿੰਦੇ ਜਿਹੜੇ ਉੱਤੇ ਦੇ ਲੋਕ ਆ ਉਹਦੀ ਕਵਰ ਕੀਤਾ ਹੈਗਾ, ਸੋ ਜਦ ਤਾਂ ਇਹ ਪੂਰੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਹੈਗੀਆਂ। ਅਤੇ ਇੱਥੋਂ ਵੀ ਕੋਈ ਨਾ ਕੁਛ ਸਿੱਖਣਾ ਚਾਹੀਦਾ ਵੀ ਗਾਂਹ ਜਿਹੜੇ ਹੈਗੇ ਇੱਦਾਂ ਦੀਆਂ ਚੀਜ਼ਾਂ ਨੂੰ ਨੱਥ ਪਾਈ ਜਾਵੇ, ਅਤੇ ਜਿੱਦਾਂ ਹੈਗਾ ਸਾਰਿਆਂ ਨੂੰ ਹੈਗਾ ਆਪਣੇ ਜਿਹੜੀ ਜਿਹੜੀ ਵੀ ਹੈਗਾ ਵੀ ਜਿੱਥੇ ਜਿੱਥੇ ਕੋਈ ਅਥੋਰਟੀ ਹੈਗੀ ਆ ਪਹੁੰਚ ਹੈਗੀ ਆ ਸਾਰੇ ਹੀ ਜਿਹੜੀ ਜਿੱਦਾਂ ਹੈਗਾ ਅਤੇ ਇਹ ਸਹੀ ਜਿਹੜੀ ਢੰਗ ਨਾਲ ਕੰਮ ਕਰਨ, ਜਿੱਦਾਂ ਤੁਸੀਂ ਦੱਸਦੇ ਹੈਗੇ ਜੇ ਸਜ਼ਾ ਜਿਹੜੀ ਸਖ਼ਤ ਹੋਣੀ ਚਾਹੀਦੀ ਹੈਗੀ ਆ ਉਹ ਜਿਹੜੇ ਸਹੀ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ, ਨਾ ਕਿ ਉੱਦਾਂ ਵਿਚਾਰਾ ਗਰੀਬ ਨੂੰ ਮਾਰ ਦਿੰਦਾ ਹੈਗਾ, ਇੱਦਾਂ ਦੇ ਕੰਮ ਚੱਲਦੇ ਹਨ। ਅਤੇ ਚਲੋ ਤੁਹਾਡਾ ਜਿਹੜਾ ਵੀ ਹੈਗਾ ਧੰਨਵਾਦ ਕਰਦੇ ਜਿਹੜਾ ਤੁਸੀਂ ਲੋਕਾਂ ਦੇ ਸਾਹਮਣੇ ਇੱਦਾਂ ਦੇ ਆ ਰਹੇ ਹੈਗੇ ਆ, ਅਤੇ ਲੋਕਾਂ ਨੂੰ ਵੀ ਜਾਗਰਤੀ ਹੋਣੀ ਚਾਹੀਦੀ ਕਿਸੇ ਨਾਲ ਵੀ ਜਿਹੜੀ ਬੇਇਨਸਾਫੀ ਨਾ ਹੋਵੇ, ਸੋ ਆਪਾਂ ਇਹ ਕਹਿੰਦੇ ਹੈਗੇ ਹਾਂ। ਸੋ ਇੱਕ ਵਾਰੀ ਫਿਰ ਹਾਂਜੀ, ਅਤੇ ਜੈ ਗੁਰਦੇਵ, ਜੈ ਭੀਮ, ਜੈ ਜਨਤਾ, ਥੈਂਕ ਯੂ ਜੀ ਬਹੁਤ ਸਰਜੀਤ ਜੀ। ਦੋਸਤੋ ਗੱਲ ਸੀ ਕਿ ਕਹਿੰਦੇ ਆ ਵੀ ਮਮਤਾ ਬੈਨਰਜੀ ਅਸਤੀਫਾ ਦੇਵੇ, ਮਮਤਾ ਬੈਨਰਜੀ ਦਾ ਅਸਤੀਫਾ ਦੇਣ ਦੀ ਤਾਂ ਗੱਲ ਇੱਕ ਪਾਸੇ ਰਹੀ, ਮੋਦੀ ਵੀ ਅਸਤੀਫਾ ਦੇ ਦੇਵੇ ਉੱਥੇ ਕੁਛ ਨਹੀਂ ਬਣਨਾ ਹੈਗਾ। ਜਿਹੜੇ ਮੁਲਕ ਦੇ ਵਿੱਚ ਸਰਕਾਰਾਂ ਉਹ ਸਾਰੀਆਂ ਬਦਲ ਜਾਂਦੀਆਂ ਆ, ਪਿਛਲੇ ਤੁਸੀਂ 76 ਸਾਲ ਦੀ ਦੇਖੋ ਹਿਸਟਰੀ ਤਾਂ ਉਹਦੇ ਵਿੱਚ ਕਿੰਨੀਆਂ ਵਾਰ ਸਰਕਾਰਾਂ ਬਦਲੀਆਂ, ਪਰ ਇਹ ਸਾਡਾ ਸਮਾਜ ਸਾਡਾ ਦੇਸ਼ ਗਰਕਦਾ ਚਲਿਆ ਗਿਆ, ਹਾਲਤ ਮੰਦੀ ਤੋਂ ਮੰਦੀ ਹੁੰਦੀ ਚਲੀ ਗਈ ਆ। ਇਹ ਗੱਲ ਇਕੱਲੇ ਇੱਕ ਦੋ ਪੋਲੀਟੀਕਲ ਬੰਦਿਆਂ ਨਾਲ ਬਦਲਣਾ ਨਹੀਂ, ਉਸ ਜਿਹੜਾ ਸਾਡਾ ਪੂਰਾ ਜਿਹੜਾ ਸਮਾਜਿਕ ਢਾਂਚਾ, ਜਿਹੜਾ ਰਾਜਨੀਤਿਕ ਢਾਂਚਾ,
ਜਿਹੜਾ ਆਰਥਿਕ ਢਾਂਚਾ ਜਿਹੜਾ ਸਭ ਤੋਂ ਜ਼ਰੂਰੀ ਆ, ਜਦ ਤੱਕ ਉਹ ਨਹੀਂ ਬਦਲਦਾ ਉਦੋਂ ਤੱਕ ਇਹ ਗੱਲ ਨਹੀਂ ਬਣਦੀ। ਉਹ ਲੋਕ ਜਿਹਨਾਂ ਹੱਥਾਂ ਦੇ ਵਿੱਚ ਪੈਸਾ ਆ, ਜਿਹਨਾਂ ਕੋਲ ਜਿਸਦੇ ਕੋਲ ਇਕੋਨਮੀ ਆ ਨਾ, ਜਿਸਕੀ ਲਾਠੀ ਉਸਕੀ ਭੈਂਸ, ਜਿਹਦੇ ਕੋਲ ਪੈਸਾ ਉਹਦਾ ਭਾਰਤ ਆ, ਉਹਦੀ ਪੋਲੀਟਿਕਸ ਆ, ਉੱਥੇ ਇਹ ਚੱਲਦਾ ਪਿਆ। ਇਹਨਾਂ ਮੁਲਕਾਂ 'ਚ ਵੀ ਚੱਲਦਾ, ਮੈਂ ਨਹੀਂ ਕਹਿੰਦਾ ਇੱਥੇ ਨਹੀਂ, ਇੱਥੇ ਵੀ ਚੱਲਦਾ ਆ। ਤੁਸੀਂ ਦੇਖ ਚੁੱਕੇ ਹੋ ਕਿੰਨੇ ਘਪਲੇ ਇੱਥੇ ਵੀ ਮੂਹਰੇ ਆਉਂਦੇ ਆ, ਪਰ ਉੱਥੇ ਸਾਡੇ ਵਾਲੇ ਪਾਸੇ ਹੱਦੋਂ ਵੱਧ ਆ ਕੰਮ। ਸੋ ਇਹ ਗੱਲ ਆ ਵੀ ਅਸੀਂ ਚਲੋ ਗੱਲ। ਹਾਂਜੀ, ਕਾਂਸ਼ੀ ਟੀਵੀ ਦਾ ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, ਮੈਂ ਮੁਹੰਮਦ ਬੋਲ ਰਿਹਾ ਸਰ। ਮੁਹੰਮਦ ਜੀ, ਜੀ ਆਇਆਂ ਨੂੰ। ਤੁਸੀਂ ਜ਼ਿਕਰ ਕਰ ਰਹੇ ਸੋ ਬੜਾ, ਜਿਸ ਤਰ੍ਹਾਂ ਰਕਸ਼ਾ ਬੰਧਨ ਦਾ ਇੰਨਾ ਨੇਕ ਤਿਉਹਾਰ ਹੈ, ਅਤੇ ਨਾਲ ਇੱਕ ਉਹ ਲੇਡੀ ਡਾਕਟਰ ਦਾ ਵੀ ਤੁਸੀਂ ਜ਼ਿਕਰ ਕੀਤਾ। ਹਾਂਜੀ, ਹਾਂਜੀ, ਮਰਡਰ ਹੋਇਆ ਅਤੇ ਉਹ ਡਾਕਟਰ ਸਟ੍ਰਾਈਕ ਕਰ ਰਹੇ ਨੇ, ਅਤੇ ਇਹ ਮਤਲਬ ਇੱਕ ਹੋਰ ਮੈਂ ਖ਼ਬਰਾਂ ਹੀ ਸੁਣਿਆ ਸੀ ਕਿ ਉਧਮਪੁਰ ਕੋਈ ਇੰਡੀਆ ਜਗ੍ਹਾ ਹੈ, ਉੱਥੇ ਹਿੰਦੂ ਮੁਸਲਿਮ ਰਾਇਟਸ ਹੀ ਹੋ ਰਹੇ ਨੇ। ਇਹਦੇ 'ਚ ਸਰ ਇਹ ਹੁੰਦਾ ਕਿ ਜਿਹੜੇ ਯੰਗ ਬੱਚੇ ਨੇ ਜਾਂ ਜਿਹੜੇ ਨੇ ਇਮੇਚਿਓਰ ਹੁੰਦੇ ਨੇ ਬੜੇ, ਉਹਨਾਂ ਦਾ ਮਤਲਬ ਕੋਈ ਉਹਨਾਂ 'ਚ ਮਾਸ ਹਿਸਟੀਰੀਆ ਹੁੰਦਾ ਹੈ। ਅਤੇ ਹੁਣ ਤੁਸੀਂ ਦੇਖੋ ਇਹ ਸਾਊਥ ਪੋਰਟ ਜਿਹੜਾ ਇੱਥੇ ਤਿੰਨ ਬੱਚੀਆਂ ਮਾਰ ਦਿੱਤੀਆਂ ਗਈਆਂ। ਹਾਂਜੀ, ਉਹਦੇ ਚੱਜ ਕਿੰਗ ਚਾਰਲਸ ਖੁਦ ਗਿਆ ਉੱਥੇ ਜਾ ਕੇ ਅਤੇ ਉਹ ਕਰ ਰਿਹਾ। ਅੱਜ ਉੱਥੇ ਗਿਆ। ਸਾਨੂੰ ਮਤਲਬ ਇਹਨੂੰ ਪੋਲੀਟੀਸਾਈਜ਼ ਇਹੋ ਜਿਹੀ ਵਾਕਿਆਤ ਨੂੰ ਨਹੀਂ ਕਰਨਾ ਚਾਹੀਦਾ, ਬਲਕਿ ਸਾਰੇ ਜਿੰਨੇ ਰਿਲੀਜੀਅਸ ਲੀਡਰ ਨੇ ਸਾਰਿਆਂ ਨੂੰ ਉਹਨਾਂ ਨੂੰ ਯੂਨਿਟੀ ਦਾ ਮੁਜ਼ਾਹਰਾ ਕਰਨਾ ਚਾਹੀਦਾ। ਸਾਰੇ ਮਤਲਬ ਇਹਦੇ 'ਚ ਰਿਲੀਜੀਅਸ ਫੈਕਟਰ ਨਹੀਂ ਲਿਆਉਣਾ ਚਾਹੀਦਾ, ਬਲਕਿ ਉਹਨਾਂ ਨੂੰ ਚਾਹੀਦਾ ਹੈ ਕਿ ਸਾਰੇ ਕਹਿਣ ਕਿ ਕੋਈ ਵੀ ਮਤਲਬ ਇਸ ਕਿਸਮ ਦੇ ਜਿਹੜੇ ਹੀਨੀਅਸ ਕ੍ਰਾਈਮ ਨੇ ਉਹਦੀ ਮਤਲਬ ਇਜਾਜ਼ਤ ਨਹੀਂ ਦਿੰਦਾ, ਅਤੇ ਇਹੋ ਜਿਹੇ ਮਤਲਬ ਨਹੀਂ ਹੋਣੇ ਚਾਹੀਦੇ। ਐਂਡ ਦੇ ਸ਼ੁੱਡ ਬੀ ਡਿਸਕਰੇਜ ਥਰੂ ਮਤਲਬ ਰਿਲੀਜੀਅਸ ਲੀਡਰ ਜਿਹੜੇ ਨੇ ਉਹ ਯੂਨਿਟੀ ਦਾ ਮੁਜ਼ਾਹਰਾ ਕਰਨ ਔਰ ਨੌਜਵਾਨਾਂ ਨੂੰ ਮਤਲਬ ਸਬਕ ਸਿਖਾਉਣ। ਅਤੇ ਇਹਦੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੋਲੀਟੀਸਾਈਜ਼ ਕਰ ਰਹੇ ਨੇ ਜਾਂ ਕੋਈ ਜੋ ਵੀ, ਮੈਂ ਆਈ ਡੋਂਟ ਨੋ ਮੱਚ ਅਬਾਊਟ ਪੋਲੀਟਿਕਸ ਇਨ ਇੰਡੀਆ, ਲੇਕਿਨ ਇਹੋ ਜਿਹੇ ਵਾਕਿਆਤ ਨੂੰ ਪੋਲੀਟੀਸਾਈਜ਼ ਨਹੀਂ ਕਰਨਾ ਚਾਹੀਦਾ, ਬਲਕਿ ਰਿਲੀਜੀਅਸ ਯੂਨਿਟੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਕਿ ਸਾਰੇ ਮਜ਼ਹਬ ਜਿਹੜੇ ਨੇ ਉਹ ਬਰਾਬਰੀ ਦਾ ਹੱਕ ਅਤੇ ਹੱਕਦਾਰ ਨੇ, ਅਤੇ ਉਹਨਾਂ ਨੂੰ ਮਤਲਬ ਕੋਈ ਵੀ ਮਜ਼ਹਬ ਇਹੋ ਜਿਹੇ ਕ੍ਰਾਈਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਅਤੇ ਸਾਰਿਆਂ ਨੂੰ ਆਪਣੇ ਨੌਜਵਾਨਾਂ ਨੂੰ ਜਾਂ ਜਿਹੜੇ ਯੰਗ ਲੋਕ ਨੇ ਉਹਨਾਂ ਨੂੰ ਸਹੀ ਗਾਈਡ ਕਰਨਾ ਚਾਹੀਦਾ। ਥੈਂਕ ਯੂ ਮੁਹੰਮਦ ਜੀ, ਥੈਂਕ ਯੂ ਵੈਰੀ ਮੱਚ। ਦੋਸਤੋ, ਹੁਣ ਆਪਣੇ ਇਹ ਗੱਲ ਦਾ ਜਿਵੇਂ ਪਹਿਲਾਂ ਗੱਲ ਕਰਦਾ ਹੋਇਆ ਕਿ ਜੇ ਮਮਤਾ ਬੈਨਰਜੀ ਨੂੰ ਤਾਂ ਹੁਣ ਕਹਿ ਰਹੇ ਕਿ ਰਿਜ਼ਾਈਨ ਕਰੋ, ਉਹ ਬੀਜੇਪੀ ਵਾਲੇ ਜ਼ਿਆਦਾ ਨੇ। ਆਹ 6 ਮਹੀਨੇ ਪਹਿਲਾਂ ਹੀ ਆਸਾਮ ਦੇ ਵਿੱਚ ਜੋ ਕੁਛ ਹੋਇਆ ਸਾਡੀਆਂ ਧੀਆਂ ਭੈਣਾਂ ਨਾਲ, ਉਹਨਾਂ ਨੂੰ ਨੰਗੇ ਕਰਕੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਪਰੇਡ, ਉਹਨਾਂ ਦਾ ਮੁਜੱਸਮਾ ਲਗਾਇਆ ਗਿਆ, ਉਹਨਾਂ ਨੂੰ ਸੜਕਾਂ 'ਤੇ ਗਿਆ, ਵੀਡੀਓ ਬਣਾਈਆਂ, ਉਹਨਾਂ ਨੂੰ ਕਿਸ ਤਰ੍ਹਾਂ ਬੇਇੱਜ਼ਤ ਕੀਤਾ ਗਿਆ, ਉੱਥੇ ਤਾਂ ਕਦੇ ਮੋਦੀ ਸਾਹਿਬ ਨੇ ਜਾ ਕੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਜਾਇਆ ਜਾਵੇ, ਉੱਥੇ ਲੋਕਾਂ ਨੂੰ ਸਮਝਾਇਆ ਜਾਵੇ। ਪਰ ਇੱਥੇ ਹੁਣ ਜਿਹੜਾ ਹੈਗਾ ਆਹ ਆ, ਅਸੀਂ ਮਾਫ਼ ਕਰਨਾ, ਅਸੀਂ ਇਸ ਨਹੀਂ ਕਹਿੰਦੇ ਵੀ ਇਹ ਅਸਲ ਦੇ ਵਿੱਚ ਪੋਲੀਟੀਕਲ ਜਿਹੜੇ ਲੋਕ ਨੇ ਸਿਰਫ ਤਾਂ ਸਿਰਫ ਸਾਨੂੰ ਇਹ ਮੂਰਖ ਬਣਾਉਂਦੇ ਨੇ ਆਪਣੀਆਂ ਰੋਟੀਆਂ ਸੇਕਣ ਖਾਤਰ, ਸਾਨੂੰ ਆਪਸ 'ਚ ਲੜਾਉਂਦੇ ਨੇ, ਪਰ ਅਸਲੀ ਚਿਣ ਦੀ ਨੀਅਤਾਂ ਕੀ ਨੇ? ਸ਼ਾਮ ਨੂੰ ਲਗਭਗ ਸਾਰੇ ਬਹਿ ਕੇ ਉੱਥੇ ਖਾਸਦੇ ਨੇ, ਖੇਡਦੇ ਨੇ, ਇਹ ਇਸ ਤਰ੍ਹਾਂ ਦੇ ਲੋਕ ਨੇ। ਅਤੇ ਅਸੀਂ ਇਹੀ ਕਹਿੰਦੇ ਕਿ ਹਮੇਸ਼ਾ ਧਿਆਨ, ਬਹੁਤ ਗੰਭੀਰ ਮਸਲਾ, ਤੁਸੀਂ ਆਪਾਂ ਸਾਰੇ ਬੱਚਿਆਂ ਵਾਲੇ ਹਾਂ, ਬਹੁਤ ਧਿਆਨ ਨਾਲ ਦੇਖਣਾ ਪੈਣਾ ਸਮਾਜ ਦੇ ਵਿੱਚ ਕੀ ਹੋ ਰਿਹਾ। ਹਾਂਜੀ, ਕਾਂਸ਼ੀ ਟੀਵੀ ਦਾ ਸਵਾਗਤ ਹੈ ਜੀ। ਫਕੀਰ ਚੰਦ ਚੌਹਾਨ ਬੋਲਦਾ, ਬਰਮਿੰਘਮ। ਹਾਂਜੀ ਫਕੀਰ ਚੰਦ ਜੀ, ਅੱਜ ਤਾਂ ਤੁਹਾਨੂੰ ਪਹਿਲਾਂ ਬੁਲਾਇਆ ਨਾ। ਜੀ ਆਇਆਂ ਨੂੰ ਦੇਖੋ, ਪਹਿਲਾਂ ਤਾਂ ਆਪਣੇ ਜਿਹੜਾ ਇਹ
ਅੱਜ ਦਾ ਵਿਸ਼ੇ ਸ਼ੁਰੂ ਕੀਤਾ ਵੇ ਯਾਨੀ ਰਾਖੀ ਦਾ ਤਿਉਹਾਰ ਆ। ਹੁਣ ਆਪਾਂ ਜੇ ਇਸ ਗੱਲ ਤੇ ਨਜ਼ਰ ਮਾਰੀਏ ਵੀ ਜਿਹੜਾ ਇੰਡੀਆ ਦੇ ਵਿੱਚ ਇਹ ਤਿਉਹਾਰ ਬਹੁਤ ਦੇਰ ਤੋਂ ਮਨਾਇਆ ਜਾਂਦਾ, ਹਾਂਜੀ, ਪਰ ਇਹ ਜਿਹੜਾ ਤਿਉਹਾਰ ਮਨਾਉਣਾ ਹੋਰ ਚੀਜ਼ ਆ, ਕਿਸੇ ਵੀ ਗੱਲ ਨੂੰ ਅਮਲ ਦੇ ਵਿੱਚ ਲਿਆਉਣਾ ਹੋਰ ਗੱਲ ਹੈ। ਕਿਉਂਕਿ ਆਮ ਇਹ ਕਿਹਾ ਜਾਂਦਾ ਵੀ ਯਾਨੀ ਰੱਖੜੀ ਬਣਾਈ ਜਾਂਦੀ ਆ ਭਰਾ ਕੋਲੋਂ, ਪਰ ਕਈ ਤਾਂ ਭੈਣਾਂ ਦੇ ਭਰਾ ਵੀ ਹੈ ਨਹੀਂ, ਹਾਂਜੀ, ਫਿਰ ਉਹਨੂੰ ਇੱਥੇ ਤੱਕ ਕਿ ਸੀਮਿਤ ਕਰ ਦਿੱਤਾ ਗਿਆ ਵੀ ਰਾਖੜੀ ਬਣਾ ਕੇ ਕੁਛ ਨਾ ਕੁਛ ਦਿੱਤਾ ਜਾਵੇ। ਹੁਣ ਇੱਥੇ ਵੀ ਬਹੁਤ ਲੋਕ ਇੱਦਾਂ ਕਰਦੇ ਆ, ਕੋਈ ਸੂਟ ਲੈਣ ਦਾ, ਕੋਈ ਪੈਸੇ ਦੇਣ ਦਾ, ਪਰ ਵੱਡੀ ਤਾਂ ਗੱਲ ਆ ਵੀ ਜੇ ਪਹਿਲਾਂ ਤੋਂ ਸੋਚਿਆ ਜਾਂਦਾ ਵੀ ਜਿਹੜੀ ਲੜਕੀ ਆ ਭੈਣ ਆ ਵੀ ਉਹ ਬਰਾਬਰ ਹੋਵੇ, ਕਿਉਂਕਿ ਬਰਾਬਰ ਹੋਣ ਲਈ ਪਹਿਲਾਂ ਐਜੂਕੇਸ਼ਨ ਦੀ ਬਹੁਤ ਲੋੜ ਆ। ਕਿਉਂਕਿ ਇੰਡੀਆ ਦੇ ਵਿੱਚ ਤਾਂ ਸ਼ੁਰੂ ਤੋਂ ਹੀ ਜਾਣੀ ਔਰਤ ਨੂੰ ਸ਼ੂਦਰ ਸਮਝਿਆ ਗਿਆ ਔਰ ਬਿਲਕੁਲ ਜਾਣੀ ਉਹਨੂੰ ਪੜ੍ਹ ਨਹੀਂ ਸੀ ਦਿੱਤਾ ਜਾਂਦਾ। ਜੇ ਪਹਿਲਾਂ ਤੋਂ ਇਹ ਸੋਚਿਆ ਜਾਂਦਾ, ਹੁਣ ਤੁਸੀਂ ਦੇਖੋ ਵੀ ਵਿੱਦਿਆ ਬਾਰੇ ਕਿੰਨੀ ਜੱਦੋ ਜਹਿਦ ਹੋਈ ਆ, ਉਹ ਸਵਿਤਰੀ ਬਾਈ ਫੂਲੇ ਨੇ ਕੀਤੀ ਹੈ, ਬਿਲਕੁਲ, ਜੇ ਉਹ ਅੰਦੋਲਨ ਨਾ ਕਰਦੀ ਤਾਂ ਵਿੱਦਿਆ ਆਉਣੀ ਹੀ ਨਹੀਂ ਸੀ, ਔਰਤ ਨੂੰ ਪੜ੍ਹਨ ਦਾ ਹੱਕ ਨਹੀਂ ਸੀ ਮਿਲਣਾ। ਹਾਂਜੀ, ਫਿਰ ਹੁਣ ਦੇਖੋ ਵੀ ਜਿਹੜੀਆਂ ਔਰਤਾਂ ਆ ਜੇ ਉਹ ਪੜ੍ਹੀਆਂ ਨਹੀਂ ਤਾਂ ਉਹਨਾਂ ਨੂੰ ਫਿਰ ਇਤਿਹਾਸ ਦਾ ਕਿੱਥੋਂ ਪਤਾ ਲੱਗੂ। ਹੁਣ ਆਪਾਂ ਇੱਥੇ ਜਿਹੜਾ ਪ੍ਰੋਗਰਾਮ ਦੇ ਰਹੇ ਹਾਂ ਵੀ ਸਾਰੇ ਵਿਸ਼ਵ ਦੇ ਵਿੱਚ ਦੇਖੋ ਵੀ ਇੱਥੇ ਵੋਟਾਂ ਦੇ ਅਧਿਕਾਰ ਲਈ ਖੁਦ ਜਾਣੀ ਔਰਤਾਂ ਨੇ ਜੱਦੋਜਹਿਦ ਕੀਤੀ, ਜਾਣੀ ਐਮਐਲਏ ਨੂੰ ਪੈਂਕ ਹਰਸ਼ ਦੀ ਅਗਵਾਈ ਥੱਲੇ, ਨਹੀਂ ਤਾਂ ਇੱਥੇ ਵੋਟਾਂ ਦਾ ਹੱਕ ਹੀ ਨਹੀਂ ਸੀ ਮਿਲਣਾ। ਹੁਣ ਅਸੀਂ ਓਦਾਂ ਦੇ ਕੰਮ ਕਰਦੇ ਹਾਂ ਵੀ ਰਾਖੀ ਦਾ ਜੀ ਵੀ ਉਹਦਾ ਕੋਈ ਸੰਬੰਧ ਨਹੀਂ, ਵੀ ਜਿਹੜੇ ਰਾਈਟਸ ਹੋਣੇ ਬਹੁਤ ਜ਼ਰੂਰੀ ਹੈ। ਹੁਣ ਆਪਾਂ ਦੇਖੋ ਜਦ ਦੀ ਚਰਚਾ ਸ਼ੁਰੂ ਹੋ ਰਹੀ ਆ ਵੀ ਕਿੰਨੇ ਮੁਜ਼ਾਹਰੇ ਹੋ ਕੇ ਅੱਗੇ ਜਿੰਨੀ ਰੇਪ ਕੀਤੇ ਉਹਨਾਂ ਨੂੰ ਜੇਲ੍ਹਾਂ ਹੋਈਆਂ, ਉਹ ਸਰਕਾਰ ਨੂੰ ਉਹਨਾਂ ਨੂੰ ਛੱਡ ਰਹੀ ਹੈ। ਧਰਮ ਗੁਰੂ ਸਭ ਤੋਂ ਵੱਡੇ ਧਰਮ ਗੁਰੂ ਨੇ ਬਣੇ ਉਹ, ਨਹੀਂ ਨਹੀਂ ਮੈਂ ਤਾਂ ਹੈਰਾਨ ਆ ਵੀ ਜਿਹੜਾ ਗੁਰਮੀਤ ਰਾਮ ਰਹੀਮ ਉਹਨੂੰ ਵਾਰ ਵਾਰ ਛੱਡਿਆ ਜਾ ਰਿਹਾ, ਔਰ ਹੋਰ ਜਿਹੜੇ ਮਾਨਵੀ ਅਧਿਕਾਰਾਂ ਲਈ ਲੜਦੇ ਉਹਨਾਂ ਨੂੰ ਛੱਡਦੇ ਨਹੀਂ, ਉਹ ਤਾਂ ਜੇਲ੍ਹਾਂ 'ਚ ਮਰ ਰਹੇ। ਉਹ ਬਿਲਕੁਲ ਨੌਲਖਾ ਹੋਰ ਜਿਹੜੇ ਹੈਗੇ ਨੇ, ਤੁਸੀਂ ਦੇਖੋ ਭੀਮਾ ਗੋਰੇ ਵਾਂਗ ਬਾਰੇ ਬਹੁਤ ਮਰ ਗਏ ਔਰ ਅਜੇ ਤੱਕ ਨਹੀਂ ਉਹਨਾਂ ਨੂੰ ਜਮਾਨਤ, ਇੱਕ ਬੰਦਾ ਬਿਲਕੁਲ ਜੇਲ੍ਹ 'ਚ ਮਰ ਗਿਆ। ਹਾਂਜੀ, ਅਤੇ ਹੁਣ ਉਹ ਦੇਖੋ ਵੀ ਜਿਹੜੀ ਇਹ ਜੱਦੋਜਹਿਦ ਆ ਇਹਨੂੰ ਸੋਚਣਾ ਪਊਗਾ ਵੀ ਹੁਣ ਅੱਜ ਜ਼ਿਆਦਾ ਉੱਥੇ ਰਾਜਨੀਤੀ ਹੁੰਦੀ ਹੈ। ਅੱਜ ਜਿਹੜਾ ਮੈਂ ਦੇਖਦਾ ਸੀਗਾ ਟੈਲੀਵਿਜ਼ਨ 'ਤੇ ਵੀ ਜਿਹੜੀਆਂ ਕੁਛ ਲੜਕੀਆਂ ਪਾਕਿਸਤਾਨ ਤੋਂ ਆਈ ਹੋਈਆਂ ਇੰਡੀਆ 'ਚ, ਹਾਂਜੀ, ਉਹਨਾਂ ਨੂੰ ਇਹ ਬੀਜੇਪੀ ਵਾਲੇ ਰੱਖੜੀਆਂ ਬਣਾ ਰਹੇ ਉਹਨਾਂ ਤੋਂ, ਔਰ ਇੰਨਾ ਪ੍ਰਚਾਰ ਕਰ ਰਿਹਾ ਵੀ ਅਸੀਂ ਆ ਜਿਹੜਾ ਇੱਥੇ ਕਾਨੂੰਨ ਬਣਾਇਆ ਵੀ ਅਸੀਂ ਤੁਹਾਨੂੰ ਇੱਥੇ ਸਿਟੀਜ਼ਨਸ਼ਿਪ ਦੇਵਾਂਗੇ। ਦੇਖੋ ਕਿੱਦਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਵੀ ਇਹ ਮਸਲਾ ਤਾਂ ਇਹ ਹੈਗਾ ਵੀ ਦੇਖੋ ਜਿਹੜਾ ਅੱਗੇ ਤਾਂ ਜਿਹੜੇ ਰੇਪ ਹੁੰਦੇ ਸੀ ਰੇਪ ਤਾਂ ਕਿਤੇ ਵੀ ਨਹੀਂ ਹੋਣਾ ਚਾਹੀਦਾ, ਬੱਸਾਂ 'ਚ ਰੇਪ ਹੁੰਦੇ ਆ, ਗੱਡੀਆਂ 'ਚ ਰੇਪ ਹੁੰਦੇ ਆ, ਫਿਰ ਦੇਖੋ ਖੇਤਾਂ 'ਚ ਰੇਪ ਹੁੰਦੇ ਆ, ਹੁਣ ਤਾਂ ਮੈਡੀਕਲ ਕਾਲਜਾਂ 'ਚ ਲਾਪੇ ਹੋਣ, ਦੇਖ ਲਓ ਕਿੱਥੇ ਚਲੀ ਗੱਲ। ਹਾਂਜੀ, ਨਹੀਂ ਰੋਕਿਆ ਗਿਆ। ਹਾਂਜੀ, ਨਹੀਂ ਨਹੀਂ ਉਹ ਦੇਖੋ ਬੜੀ ਤਾਂ ਗੱਲ ਹੈ ਵੀ ਉਹ ਸਿਸਟਮ ਹੀ ਖਰਾਬ ਆ। ਦੇਖੋ ਜਿਹੜੀ ਹੁਣ ਉਹ ਲੜਕੀ ਉੱਥੇ ਮੈਡੀਕਲ ਉਹਨੇ ਡਾਕਟਰ ਬਣਨਾ ਸੀ, ਟ੍ਰੇਨੀ ਸੀਗੀ ਵੀ ਉਹਨੂੰ ਉਹਦਾ ਤਾਂ ਬਿਲਕੁਲ ਦੇਖੋ ਖਤਮ ਕਰ ਦਿੱਤੀ ਗਈ ਹੈ। ਉਹ ਇੱਦਾਂ ਰੋਜ਼ ਹੁੰਦਾ, ਹੁਣ ਤੁਸੀਂ ਦੇਖੋ ਵੀ ਅੱਜ ਮਹਾਰਾਸ਼ਟਰ ਤੋਂ ਖਬਰ ਆ ਰਹੀ ਹੈ ਵੀ 4 ਸਾਲ ਦੀ ਬੱਚੀ ਸੀ ਉਹ, ਮੈਂ ਸੁਣੀ, ਹਾਂਜੀ, ਉਹ ਅੱਜ ਦੀ ਖਬਰ ਆ ਜਿਹੜੀ ਉੱਥੇ ਮੁਜ਼ਾਹਰੇ ਹੋ ਰਹੇ ਨੇ। ਕਿੱਦਾਂ ਫਿਰ ਬੜੀ ਗੱਲ ਆ ਵੀ ਉੱਥੇ ਰੌਲਾ ਰੱਪਾ ਇੰਨਾ ਪੈਂਦਾ। ਹੁਣ ਚੰਗੀ ਗੱਲ ਆ ਵੀ ਸੁਪਰੀਮ ਕੋਰਟ ਸੁਣ ਰਹੀ ਹੈ, ਯਾਨੀ ਉਹ ਸੁਪਰੀਮ ਕੋਰਟ ਜਦ ਸੁਣਦੀ ਹੈ ਤਾਂ ਫਿਰ ਜ਼ਿਆਦਾ ਉਹਦੀ ਚਰਚਾ ਹੁੰਦੀ ਹੈ। ਹੁਣ ਅੱਗੇ ਵੀ ਤੁਸੀਂ ਦੇਖੋ ਵੀ ਜਿਹੜੀ ਉਹ ਦਿਲਕਿਸ਼ ਬਾਨੋ ਨੂੰ ਰੇਪ ਕੀਤਾ ਗਿਆ ਸੀਗਾ, ਉਹ ਜਿਹਨੇ ਕੀਤਾ ਸੀਗਾ ਤਾਂ ਉਹਨਾਂ ਨੂੰ ਉਮਰ ਕੈਦ ਹੋਈ ਸੀ। ਹਾਂਜੀ,
ਇਸੇ ਹੀ ਸਰਕਾਰ ਨੇ ਉਹਨਾਂ ਨੂੰ ਛੱਡਿਆ ਔਰ ਉਹਨਾਂ ਨੂੰ ਲੱਡੂ ਵੰਡੇ ਜਾਣੀ ਹਰ ਭਾਸ਼ਾ ਬਿਲਕੁਲ। ਫਿਰ ਦੱਸੋ ਮੁਲਕ 'ਚ ਰੇਪ ਨਾ ਹੋਣਗੇ ਤਾਂ ਹੋਰ ਕੀ ਹੋਊਗਾ? ਨਹੀਂ ਨਹੀਂ ਦੇਖੋ ਵੀ ਮੈਂ ਬੜੀ ਸ਼ਰਮ ਆਉਣੀ ਗੱਲ ਆ ਵੀ ਉਹ ਵੀ ਦੇਖੋ ਕਿਸੇ ਦੀ ਲੜਕੀ ਕਿਸੇ ਦੀ ਧੀ ਭੈਣ ਔਰ ਇੰਨੇ ਜਣੇ ਰੇਪ ਕਰਦੇ ਆ, ਫਿਰ ਤੇ ਜਦ ਸਜ਼ਾ ਹੋਈ ਉਹਨਾਂ ਨੂੰ ਛੱਡ ਦਿੱਤਾ, ਹਾਰ ਪਾਏ ਗਏ, ਹਾਰ ਪਾਏ ਗਏ ਤਾਂ ਫਿਰ ਉਹ ਸੁਪਰੀਮ ਕੋਰਟ ਕੋਲ ਫਿਰ ਕੇਸ ਗਿਆ ਔਰ ਸੁਪਰੀਮ ਕੋਰਟ ਨੇ ਕਿਹਾ ਵੀ ਮੁੜ ਕੇ ਇਹਨਾਂ ਨੂੰ ਅਰੈਸਟ ਕਰੋ, ਫਿਰ ਕਰੋ। ਹਾਂਜੀ, ਉਹ ਮੁੜ ਕੇ ਅਰੈਸਟ ਹੋਏ ਆ। ਹੁਣ ਦੇਖ ਵੱਡੀ ਤਾਂ ਗੱਲ ਆ ਵੀ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਦੇਖੋ ਕਦੇ ਤਾਂ ਇਹ ਕੋਈ ਬਹਾਨਾ ਲਾਉਂਦੇ ਆ ਕਦੇ ਕੋਈ ਲਾਉਂਦੇ ਆ, ਵੀ ਇਹ ਤਾਂ ਬਿਲਕੁਲ ਜਦ ਤੱਕ ਮਾਨਸਿਕਤਾ ਨਹੀਂ ਬਦਲਦੀ ਹੈ ਨਾ। ਸਭ ਤੋਂ ਵੱਡਾ ਪੁਆਇੰਟ ਇਹ ਆ, ਜੇ ਤੁਸੀਂ ਦੇਖੋ ਵੀ ਜਿਹੜੀ ਔਰਤਾਂ ਨੂੰ ਖੁਦ ਅੱਗੇ ਆਉਣਾ ਪੈਣਾ, ਜਿੱਦਾਂ ਮੈਂ ਅੱਗੇ ਸਵਿੱਤਰੀ ਬਾਈ ਫੂਲੇ ਦੀ ਗੱਲ ਕੀਤੀ ਆ, ਉਹ ਸਿੱਖੀ ਸਮਾਜ ਦੇ ਵਿੱਚ ਮਾਈ ਭਾਗੋ ਦੀ ਦੇਖੋ ਨਾਂ ਆ, ਤੁਸੀਂ ਦੇਖੋ ਵੀ ਜਿਹੜੇ ਸਿੱਖ ਆਮ ਤੌਰ ਗਿਣਿਆ ਜਾਂਦਾ ਵੀ ਇਹ ਬਿਲਕੁਲ ਮਦਾਨ ਨਹੀਂ ਛੱਡਦੇ, ਪਰ ਉਹ ਦੇਖ ਲਓ ਗੁਰੂ ਗੋਬਿੰਦ ਸਿੰਘ ਨੂੰ ਬਦਾਵਾ ਦੇ ਕੇ ਆ ਗਏ ਸੀ, ਉਹਨੇ ਕਿਹਾ ਵੀ ਸਾਡੇ ਤੋਂ ਇਹ ਸੰਘਰਸ਼ ਨਹੀਂ ਲੜ ਹੁੰਦਾ ਵੀ ਅਸੀਂ ਨਹੀਂ ਤੇਰੇ ਨਾਲ। ਹੁਣ ਉਹ ਦੇਖੋ ਮਾਈ ਭਾਗੋ ਜੇ ਨਾ ਮੁੜ ਕੇ ਉਹ ਉਹਨਾਂ ਨੂੰ ਜਾਂਦੀ ਉੱਥੇ ਤਾਂ ਉਹਦਾ ਸੰਘਰਸ਼ ਖਤਮ ਹੋ ਗਿਆ ਸੀ। ਬਿਲਕੁਲ, ਯਾਨੀ ਔਰਤਾਂ ਨੂੰ ਇੱਦਾਂ ਦੀਆਂ ਔਰਤਾਂ ਤੋਂ ਸਬਕ ਸਿੱਖਣਾ ਚਾਹੀਦਾ, ਔਰ ਜਿੱਥੇ ਜਿੱਥੇ ਵੀ ਸੰਘਰਸ਼ ਹੋਇਆ ਔਰ ਸੰਘਰਸ਼ ਉਹਨਾਂ ਨੂੰ ਆਪ ਕਰਨਾ ਪੈਣਾ। ਹਾਂਜੀ, ਬਾਕੀ ਇਹ ਜਿਹੜਾ ਰਾਖੀ ਦਾ ਇਹ ਤਾਂ ਇੱਕ ਤਿਉਹਾਰ ਆ। ਹਾਂਜੀ, ਇਹ ਤਿਉਹਾਰ ਆ, ਇੱਕ ਦਿਨ ਦੇ ਵਿੱਚ ਨਿਬੜ ਜਾਂਦਾ, ਉੱਥੇ ਤੱਕ ਆ ਜੀ ਰਾਖੀ ਬਣਾ ਲਓ, ਕੁਛ ਪੈਸੇ ਦੇ ਲਿਓ। ਇਹ ਦੇਖੋ ਆ ਜਿਹੜਾ ਹੈ ਨਾ ਬਲਾਤਕਾਰਾਂ ਦੇ ਨਾਲ, ਯਾਨੀ ਇੰਡੀਆ ਦਾ ਜਿਹੜਾ ਹੈ ਨਾ ਇੰਨਾ ਰੌਲਾ ਪਾਉਂਦੇ ਆ ਵੀ ਅਸੀਂ ਇੰਨੇ ਸਾਲ ਮਰਾ ਰਹੇ ਹਾਂ ਆਜ਼ਾਦੀ ਦੇ, 70 ਸਾਲ ਪੂਰੇ ਕਰ ਰਹੇ ਸਾਰੀ ਦੁਨੀਆ ਦੇ ਵਿੱਚ, ਯਾਨੀ ਉਹਨਾਂ 'ਤੇ ਫਟਕਾਰ ਪਈ ਜਾ ਰਹੀ ਹੈ। ਬਿਲਕੁਲ, ਜਗ੍ਹਾ ਜਗ੍ਹਾ 'ਤੇ ਯਾਨੀ ਇਹ ਫਟਕਾਰ ਪਈ ਜਾਂਦੀ ਹੈ ਵੀ ਮਲੂ ਜੂ ਕੀ ਹੋ ਗਿਆ, ਲੜਕੀਆਂ ਯਾਨੀ ਸੇਫ। ਬਿਲਕੁਲ, ਇਸ ਕਰਕੇ ਯਾਨੀ ਜਿਹੜੀ ਸੱਤਾਧਾਰੀ ਪਾਰਟੀ ਹੈ ਨਾ ਉਹਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ। ਉਹਨਾਂ ਨੂੰ ਚਾਹੀਦਾ ਵੀ ਦੇਖੋ ਆ ਜਿਹੜਾ ਬਿਲਕੁਲ ਆ ਜਿਹਨਾਂ ਨੂੰ ਰੇਪ ਜਿੰਨੇ ਰੇਪਿਸਟ ਆ ਇਹਨਾਂ ਨੂੰ ਬਿਲਕੁਲ ਨਹੀਂ ਛੱਡਣਾ ਚਾਹੀਦਾ, ਔਰ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ। ਹਾਂਜੀ, ਦੇਖੋ ਇਹ ਜਿਹੜਾ ਪ੍ਰੋਗਰਾਮ ਕਰਨ ਦਾ ਵੀ ਮਕਸਦ ਆ ਵੀ ਲੋਕਾਂ ਦੇ ਵਿੱਚ ਯਾਨੀ ਜਾਗਰੂਕ ਪਤਾ ਲੱਗੇ ਕਾਰਨ ਕੀ। ਹਾਂਜੀ, ਥੈਂਕ ਯੂ ਬਹੁਤ ਜੈ ਭਾਰਤ। ਦੋਸਤੋ, ਮੈਂ ਇੱਕ ਅਨਾਊਂਸਮੈਂਟ ਕਰਨੀ ਹੈ, ਆਉਂਦੇ ਸ਼ਨਿਚਰਵਾਰ ਨੂੰ 24 ਅਗਸਤ ਨੂੰ ਸ਼੍ਰੀ ਗੁਰੂ ਅਰਦਾਸ ਗੁਰਦੁਆਰਾ ਆਪਣੇ ਡਲੀ ਰੋਡ ਬੁਰਹੈਂਪਟਨ ਆ, ਉਹਦੇ ਸਾਹਮਣੇ ਕਮਿਊਨਿਟੀ ਸੈਂਟਰ ਆ, ਅਤੇ ਉੱਥੇ ਆਉਂਦੇ ਸ਼ਨਿਚਰਵਾਰ ਨੂੰ 2 ਤੋਂ ਲੈ ਕੇ 5 ਵਜੇ ਤੱਕ ਇੱਕ ਡਰਾਮਾ ਹੋਵੇਗਾ, ਗੁੰਮਸ਼ੁਦਾ ਔਰਤਾਂ ਦੇ ਹੱਕਾਂ ਬਾਰੇ, ਔਰਤਾਂ ਦੀ ਜ਼ਿੰਦਗੀ ਬਾਰੇ ਉੱਥੇ ਗੱਲ, ਉਹ ਡਰਾਮੇ ਦੇ ਥਰੂ ਅਨੀਤਾ ਸਵਦੀਸ਼ ਜੋ ਇੰਡੀਆ ਤੋਂ ਆਏ ਨੇ ਉਹ ਪਲੇ ਕਰਨਗੇ ਡਰਾਮਾ, ਦੇਖਣ ਯੋਗ ਆ ਡਰਾਮਾ। ਸਾਨੂੰ ਟਿਕਟ ਫਰੀ ਆ, ਤੁਸੀਂ ਜਾ ਸਕਦੇ ਹੋ, ਆਨੰਦ ਲੈ ਸਕਦੇ ਹੋ, ਸਮਝ ਸਕਦੇ ਹੋ ਉਹਨਾਂ ਨਾਲ, ਵਾਰਤਾ ਡਰਾਮੇ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ, ਵਾਰਤਾਲਾਪ ਕਰ ਸਕਦੇ ਹੋ, ਡਰਾਮੇ ਨੂੰ ਤੁਸੀਂ ਦੇਖੋ। ਅਤੇ ਇਹ ਆਪਣੇ ਡਲੀ ਰੋਡ ਦੇ ਉੱਤੇ ਜਿਹੜਾ ਰਵਿਦਾਸੀਆ ਕਮਿਊਨਿਟੀ ਸੈਂਟਰ ਆ ਉਸ ਦੇ ਵਿੱਚ ਆ, ਬਿਲਕੁਲ ਜਿਹੜਾ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦੂਸਰੇ ਪਾਸੇ ਇਹ ਹੈਗਾ ਆ। ਸੋ ਉਹਦਾ ਜਿਹੜਾ ਪੋਸਟ ਕੋਡ ਹੈਗਾ ਆ ਉਹ ਬੁਲਹੈਂਪਟਨ ਦੇ ਵਿੱਚ ਆ, ਬੁਲਹੈਂਪਟਨ ਦੇ ਵਿੱਚ WV2 ਅਤੇ 3AY ਆ, ਇਹ ਨੋਟ ਕਰ ਲਿਓ, WV2 3AY, ਇੱਥੇ ਜਾ ਕੇ ਜ਼ਰੂਰ ਆਨੰਦ ਮਾਣਿਓ, ਦੇਖਿਓ, ਟਿਕਟ ਫਰੀ ਆ।
ਅਤੇ ਉਮੀਦ ਕਰਦਾ ਬਈ ਉੱਥੇ ਸ਼ਾਇਦ ਰਿਫਰੈਸ਼ਮੈਂਟ ਮਿਲੇਗੀ। ਸੋ ਜ਼ਰੂਰ ਜਾਓ, ਦੇਖੋ ਕਿ ਔਰਤ ਦੀ ਜ਼ਿੰਦਗੀ ਕੀ ਆ। ਗੁੰਮਸ਼ੁਦਾ ਔਰਤ ਨਾਂ ਦਾ ਡਰਾਮਾ ਉੱਥੇ ਹੋਵੇਗਾ। ਦੋਸਤੋ, ਦੋ ਤਿੰਨ ਗੱਲਾਂ ਹੁਣ ਆਹ ਪ੍ਰੋਗਰਾਮ ਗੱਲਾਂ ਕਰਦੇ ਕਰਦੇ ਆਪਣੇ ਮੂਹਰੇ ਆਈਆਂ ਆ, ਵੀ ਇੱਕ ਗੱਲ ਜਿਹੜੀ ਕਿ ਮੈਂ ਅੱਗੇ ਵੀ ਕਈ ਵਾਰ ਸੋਚਦਾ ਨਾ ਕਿ ਜਦੋਂ ਆਪਾਂ ਜਿੱਥੇ ਇੱਕ ਪਾਸੇ ਭੈਣਾਂ ਭਰਾ ਰੱਖੜੀ ਬੰਨ੍ਹ ਕੇ ਖੁਸ਼ ਹੁੰਦੇ ਆ, ਅਤੇ ਉਹਨਾਂ ਭੈਣਾਂ, ਖਾਸ ਕਰਕੇ ਭੈਣਾਂ ਦਾ ਗੱਲ ਕਰਾਂਗੇ, ਜਿਹਨਾਂ ਦੇ ਭਰਾ ਨਹੀਂ ਹੁੰਦੇ, ਉਹਨਾਂ ਨੂੰ ਫੀਲਿੰਗਸ ਕੀ ਹੁੰਦੀ ਹੋਊਗੀਆਂ। ਅਸੀਂ ਬੇਸ਼ੱਕ ਅਸੀਂ ਆਪਾਂ ਆਪਣਾ ਚਲੋ ਇੰਨਾ ਹੈਗਾ ਕਿ ਆਪਾਂ ਆਪਣੇ ਚਾਚੇ ਤਾਇਆਂ ਦੇ ਮਾਮਿਆਂ ਫੂਫੀਆਂ ਦੇ ਬੱਚਿਆਂ ਨੂੰ ਲੜਕਿਆਂ ਨੂੰ ਬੰਨ੍ਹਣੇ ਆ, ਇਹ ਕਾਫੀ ਗੁਲ ਹੈਗਾ ਜਿਹੜਾ ਉਹਦੇ ਵਿੱਚ ਉੱਭਰ ਗਿਆ। ਅਤੇ ਸੈਕਿੰਡ ਜਿਹੜੀ ਗੱਲ ਇੱਕ ਆਈ ਆ ਕਿ ਜਿਹੜਾ ਉਹ ਸਮਾਜ ਜਿੱਥੇ, ਮੈਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਵੀ ਜਿੱਥੇ ਜਿਹਨਾਂ ਨੂੰ ਕਨਵਿਕਟਿਡ, ਜਿਹੜੇ ਪੱਕੇ ਅਦਾਲਤਾਂ ਵੱਲੋਂ ਜਿਹਨਾਂ ਨੂੰ ਗੁਨਾਹਗਾਰ ਸਿੱਧ ਕੀਤਾ ਹੋਇਆ, ਰਾਮ ਰਹੀਮ ਵਰਗੇ, ਆਸਾ ਰਾਮ ਵਰਗੇ, ਉਹਨਾਂ ਨੂੰ ਕਿਉਂ ਫਿਰ ਮੁੜ ਕੇ ਛੱਡਿਆ ਜਾ ਰਿਹਾ, ਉਹਨਾਂ ਨੂੰ ਜ਼ਮਾਨਤਾਂ ਦਿੱਤੀ ਜਾ ਰਹੀਆਂ? ਉਹ ਸਮਾਜ ਦੇ ਵਿੱਚ ਆਹ ਕੁਛ ਜੋ ਸਾਡੀ ਬੇਟੀ ਨਾਲ ਬੰਬੇ 'ਚ ਹੋਇਆ, ਉਹ ਉਸ ਨੂੰ ਉਤਸ਼ਾਹ ਦਿੰਦਾ ਕਿ ਤੁਸੀਂ ਕੋਈ ਗੱਲ ਨਹੀਂ, ਤੁਹਾਨੂੰ ਜ਼ਮਾਨਤ ਮਿਲ ਜਾਊਗੀ। ਅਰੇ ਜਿਹੜੇ ਧਰਮ ਦੇ ਗੁਰੂ ਬਣੇ ਫਿਰਦੇ, ਲੀਡਰ ਬਣੇ ਫਿਰਦੇ, ਉਹਨਾਂ ਦਾ ਹਾਲਤ ਆ ਤਾਂ ਉਹ ਮੁਲਕ ਦਾ ਇਸ ਨਿਗਾਰ ਵੱਲ ਜਾਣਾ ਬਹੁਤ ਹੀ ਸ਼ੱਕ ਤੋਂ ਬਚਦਾ ਨਹੀਂ ਕਿ ਇੱਥੇ ਹੋਵੇਗਾ। ਹਾਂਜੀ, ਸੋਰੀ, ਮੈਂ ਜੀ ਤੁਹਾਡੀ ਗੱਲ ਤੋਂ ਜਿਸ ਤਰ੍ਹਾਂ ਆਪਣੇ ਪਹਿਲੇ ਕਾਲਰ ਵੀ ਗੱਲ ਕਰਕੇ ਗਿਆ ਕਿ ਇਹ ਤਾਂ ਤੁਸੀਂ ਗੱਲ ਕਰ ਹੀ ਦਿੱਤੀ ਕਿ ਸਾਡਾ ਜਿਹੜਾ ਮੁਲਕ ਆ ਇੱਕ ਬਲਾਤਕਾਰੀਆਂ ਦਾ ਜੇ ਹੋਰ ਬਾਬਿਆਂ ਦਾ ਇੱਕ ਘਰ ਬਣਦਾ ਜਾ ਰਿਹਾ, ਕਿ ਇਸ ਤਰ੍ਹਾਂ ਦਾ ਸਾਡਾ ਜੋ ਇਮੇਜ ਬਣਦੀ ਜਾ ਰਹੀ ਹੈ ਬਾਹਰ। ਪਰ ਇੱਕ ਚੀਜ਼ ਜਿਹੜੀ ਕਿ ਕੁਛ ਵਧੀਆ ਸਾਡੇ ਕੋਲ ਗੱਲਾਂ ਵੀ ਆਉਂਦੀਆਂ, ਜਿਸ ਤਰ੍ਹਾਂ ਕਿ ਹਰਿਆਣੇ ਦੇ ਵਿੱਚੋਂ ਆਪਾਂ ਕਈਆਂ ਨੇ ਫਿਲਮ ਵੀ ਦੇਖੀ ਸੀ ਪਿੱਛੇ, ਇੱਕ ਉਹ ਬੱਚੀਆਂ ਜਿਹੜੀਆਂ ਕਿ ਓਰਿਜਨਲ ਫਿਲਮ ਦੇ ਉੱਤੇ ਬਣਾਈ ਗਈ ਸੀ, ਪਰ ਉਹਨਾਂ 'ਚੋਂ ਹੁਣ ਇੱਕ ਬੱਚੀ ਪਿਛਲੇ ਏਅਰ ਤੁਸੀਂ ਕੁਸ਼ਤੀ 'ਚ ਬੜੀ ਚਰਚਿਤ ਹੋਈ, ਫਗਾਟ, ਵਿਨੇਸ਼ ਫਗਾਟ। ਔਰ ਦੇਖੋ ਤੁਸੀਂ, ਉਸ ਕੁੜੀ ਨੇ ਕਾਫੀ ਚਿਰ, ਕਿਉਂਕਿ ਭਲਵਾਨਾਂ ਦੇ ਜਿਹੜੀਆਂ ਕੁੜੀਆਂ ਦੇ ਨਾਲ ਕੁਛ ਉਹਨਾਂ ਨੇ ਜਿਹੜਾ ਉਸ ਟਾਈਮ ਦਾ ਹੈਗਾ ਉਹਨਾਂ ਦਾ ਖੇਡ ਮੰਤਰੀ ਆਪਣੇ, ਉਹਨੇ ਕਾਫੀ ਗਲਤ ਹਰਕਤਾਂ ਕੀਤੀਆਂ ਸੀ ਔਰ ਉਹਦੇ ਲਈ ਮੋਰਚਾ ਬਹੁਤ ਚਿਰ ਲੱਗਾ ਰਿਹਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਕਿਸ ਤਰ੍ਹਾਂ ਕੁੜੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਔਰ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ। ਔਰ ਉਹ 53 ਕਿਲੋ ਜਦਕਿ ਉਹ ਖੇਡਦੀ ਸੀ ਅਤੇ ਉਹਨੂੰ ਮਜਬੂਰ ਕਰਕੇ 50 ਕਿਲੋ ਖੜਾਇਆ ਗਿਆ ਪਹਿਲਾਂ। ਉਹਦੇ ਨਾਲ ਇਹ ਇੱਕ ਜਾਤੀ ਕੀਤੀ ਗਈ ਕਿ ਉਹਨੂੰ ਤੂੰ ਵੇਟ ਘੱਟ ਕਰਾ ਉਹਦਾ ਤਾਂ ਜੋ ਉਹਨੂੰ ਤੰਗ ਕੀਤਾ ਜਾ ਸਕੇ। ਫਿਰ ਅਖੀਰ ਕੇ ਜਿਹੜੇ ਉਹਦੇ ਨਾਲ ਕੋਚ ਵਗੈਰਾ ਜਾਂ ਹੋਰ ਲਾਏ ਸੀ ਉਹਨਾਂ ਤੋਂ ਜਿਸ ਤਰ੍ਹਾਂ ਉਹਨੂੰ ਫਾਈਨਲ ਦੇ ਵਿੱਚ ਪਹੁੰਚ ਗਈ, ਜਦੋਂ ਉਹਨਾਂ ਨੂੰ ਲੱਗਿਆ ਕਿ ਯਾਰ ਇਹ ਤਾਂ ਇਹ ਜਿੱਤ ਜਾਏਗੀ ਅਤੇ ਔਰ ਸਾਡੀ ਬੇਇੱਜ਼ਤੀ ਹੋਊਗੀ, ਔਰ ਇੱਥੋਂ ਤੱਕ ਕਿਹਾ ਜਾਂਦਾ ਕਿ ਉਹਦੀ ਇਨਕੁਆਇਰੀ ਕਰਵਾਉਣ ਲਈ, ਹੁਣ ਜਿਸ ਤਰ੍ਹਾਂ ਉਸ ਮੰਤਰੀ ਦੀ ਇਨਕੁਆਇਰੀ ਕਰਵਾਉਣ ਲਈ ਇਹਨਾਂ ਨੇ ਕੋਈ ਵੀ ਉੱਤਾ ਨਹੀਂ ਬਚਿਆ ਗਾ ਕਿ ਉਹਦੇ ਬਾਰੇ 'ਚ ਜਾਣ ਉਹਨੂੰ, ਹਾਲਾਂਕਿ ਹਜੇ ਵੀ ਉਹ ਮੰਤਰੀ ਬਣਿਆ ਹੋਇਆ ਬੰਦਾ। ਔਰ ਉਸ ਡਿਪਾਰਟ ਦੇ ਮੈਂ ਜਿਹੜੇ ਉਹਦੇ ਅੰਡਰ ਕੰਮ ਕਰਨ ਵਾਲੇ ਉਹਨਾਂ ਨੇ ਕਿਸ ਤਰ੍ਹਾਂ ਉਹਨੂੰ ਹਰਾਇਆ, ਇਹ ਕਿਸੇ ਤੋਂ ਲੁਕਿਆ ਨਹੀਂ ਰਿਹਾ ਗਾ ਕਿ ਓਲੰਪਿਕ ਦੇ ਵਿੱਚ ਜਾ ਕੇ ਸਿਰਫ 100 ਕਿਲੋ ਉਹਦਾ ਵੇਟ, 100 ਗ੍ਰਾਮ ਭਾਰ ਵਧਾਇਆ ਗਿਆ। ਔਰ ਉਹਨੂੰ ਪਹਿਲਾਂ ਉਹਨਾਂ ਨੇ ਕੋਈ ਕੰਟਰੋਲ ਨਹੀਂ ਕੀਤਾ ਉਹਦੇ 'ਤੇ ਕਿ ਉਹਨੂੰ ਇਸ ਚੀਜ਼ ਲਈ ਧਿਆਨ ਦਿੱਤਾ ਜਾਵੇ, ਕਿਉਂਕਿ ਜਿਹੜੇ ਡਾਇਟਿਸ਼ ਹੁੰਦੇ, ਡਾਇਟਿਸਟ ਹੁੰਦੇ ਤੁਹਾਡੇ ਨਾਲ ਡਾਇਜੇਸ਼ਨ, ਉਹਨਾਂ ਨੇ ਸਾਰਾ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ। ਹੁਣ ਇਹ ਜਿਹੜੀਆਂ ਚੀਜ਼ਾਂ ਇਹ ਸਾਨੂੰ ਸਿੱਧ ਕਰਦੀਆਂ ਕਿ ਸਾਡੇ ਸਮਾਜ ਦਾ ਜਿਹੜਾ ਪੋਲੀਟੀਕਲ ਸਿਸਟਮ ਆ ਔਰਤ ਨੂੰ ਕਿਸ ਤਰ੍ਹਾਂ ਦਬਾ ਰਿਹਾ। ਬਹੁਤ ਠੀਕ, ਬਹੁਤ ਠੀਕ। ਇਹ ਇੱਕ ਨਹੀਂ ਗਾ ਉਦਾਹਰਣ, ਅਨੇਕਾਂ ਉਦਾਹਰਣਾਂ ਹੈ। ਕੋਈ ਜਿਹੜੀਆਂ ਪੁਲਿਸ ਦੇ ਵਿੱਚ ਚੰਗੀਆਂ ਲੇਡੀਜ਼ ਆਫਿਸਰ ਹਾਂ, ਉਹਨਾਂ ਨਾਲ ਕਿਹੋ ਜਿਹੇ ਵਿਹਾਰ ਹੁੰਦੇ ਆ। ਜਿਸ ਤਰ੍ਹਾਂ ਕੋਈ ਕੁੜੀਆਂ ਸਾਡੀਆਂ ਇਹ ਪੜ੍ਹਦੀਆਂ, ਉਹਨਾਂ ਨੇ ਜਦੋਂ PhD ਵਗੈਰਾ ਜਾਂ ਕਿਸੇ ਹਾਈ ਲੈਵਲ ਦੀ ਉਹ ਐਜੂਕੇਸ਼ਨ ਲੈਂਦੀ ਆ, ਜਿਹੜੇ ਉਹਨਾਂ ਦੇ ਉੱਪਰ ਮਰਦ ਜਾਂ ਕੋਈ ਪੋਲੀਟੀਕਲ ਜਿਹੜੇ ਲੋਕ ਹੁੰਦੇ ਆ, ਉਹ ਕਿਸ ਤਰ੍ਹਾਂ ਉਹਨਾਂ ਨੂੰ, ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦੇ ਆ। ਜੇ ਅਸੀਂ ਦੇਖੀਏ ਕਿ ਸਾਡੇ ਇੰਡੀਆ ਦੀ ਵੈਬਸਾਈਟ ਆ, ਜਿਹੜੀਆਂ ਸਰਕਾਰੀ ਵੈਬਸਾਈਟਾਂ, ਇਹ ਸ਼ੋਅ ਕਰਦੀਆਂ ਕਿ 80% ਜਿਹੜੀਆਂ ਕੰਮਕਾਜੀ ਔਰਤਾਂ ਜਾਂ ਜਿਹੜੀਆਂ ਕੋਈ ਆਪਣੇ
ਪੇਸ਼ੇ 'ਚ ਕੋਈ ਤਿਆਰ ਹੋਣ ਲਈ ਜਾਂ ਮਤਲਬ ਕੋਈ ਕੋਰਸ ਕਰਨ ਲਈ ਜਾਂਦੀਆਂ, 80% ਔਰਤਾਂ ਦੇ ਨਾਲ ਜਿਹੜਾ ਕਿ ਬਹੁਤ ਜ਼ਿਆਦਾ ਹੀ ਗਲਤ ਰਵੱਈਆ ਹੁੰਦਾ ਔਰ ਉਹ ਕੰਪਲੇਂਟ ਨਹੀਂ ਕਰਦੀਆਂ ਸਿਰਫ ਸਮਾਜਿਕ ਡਰ। ਜਿੰਨਾ ਚਿਰ ਅਸੀਂ ਇੱਕ ਸਮਾਜ ਇਹੋ ਜਿਹਾ ਨਹੀਂ ਬਣਾਉਂਦੇ ਕਿ ਔਰਤ ਖੁੱਲ੍ਹ ਕੇ ਬੋਲ ਸਕੇ, ਉਹਨੂੰ ਇਹ ਡਰ ਨਾ ਹੋਵੇ ਜੇ ਮੈਂ ਮੇਰੀ ਇੱਜ਼ਤ ਦਾ ਕੋਈ ਸਵਾਲ ਨਾ ਹੋਵੇ ਕੱਲ੍ਹ ਨੂੰ, ਕਿ ਮੈਂ ਜੇ ਅੱਜ ਖੜ੍ਹ ਕੇ ਕਿਤੇ ਰੌਲਾ ਪਾਊਂਗੀ ਜਾਂ ਮੈਂ ਕੋਰਟ 'ਚ ਜਾਊਂਗੀ ਅਤੇ ਕੱਲ੍ਹ ਨੂੰ ਮੇਰੇ ਜਿਹੜੇ ਚਿਹਰੇ 'ਤੇ ਬਦਨਾਮੀ ਦਾ ਧੱਬਾ ਨਾ ਲੱਗੇ। ਕਿਉਂਕਿ ਸਾਡੇ ਇਹ ਕਿਹਾ ਜਾਂਦਾ ਕਿ ਜੇ ਕੋਈ ਕੁੜੀ ਕੋਰਟ 'ਚ ਜਾਊਗੀ ਤਾਂ ਉਹਦੀ ਬਦਨਾਮੀ ਹੋਊਗੀ। ਸਾਨੂੰ ਇਹਨਾਂ ਚੀਜ਼ਾਂ ਤੋਂ ਬੱਚੀਆਂ ਨੂੰ ਖਾਸ ਕਰਕੇ ਬਾਹਰ ਕੱਢਣਾ ਚਾਹੀਦਾ ਕਿ ਨਹੀਂ ਤੁਹਾਡਾ ਰਾਈਟ ਆ, ਤੁਸੀਂ ਕੋਰਟ 'ਚ ਜਾ ਕੇ ਆਪਣਾ ਹੱਕ ਲਓ, ਇਹੋ ਜਿਹੇ ਦਰਿੰਦਿਆਂ ਦੇ ਖਿਲਾਫ ਲੜੋ। ਔਰ ਜਿੱਥੇ ਕੋਈ ਲੜਦਾ ਹੈ, ਜਿਹੜੇ ਜਿਸ ਤਰ੍ਹਾਂ ਇਹ ਆਪਾਂ ਫੌਗਾਟ ਦੀ ਗੱਲ ਕਰਕੇ ਤਾਂ ਹੋਰ ਵੀ ਬਥੇਰੀਆਂ ਅਨੇਕਾਂ ਕੁੜੀਆਂ ਜਿਹੜੀਆਂ ਬਹੁਤ ਜ਼ਿਆਦਾ ਫਾਈਟ ਕੀਤੀ ਉਹਨਾਂ ਨੇ ਆਪਣੇ ਫੀਲਡ ਦੇ ਵਿੱਚ, ਇਹੋ ਜਿਹੀਆਂ ਐਗਜ਼ਾਮਪਲਾਂ ਜਿਹੜੀਆਂ ਜਾਂ ਇਹੋ ਜਿਹੀਆਂ ਕੁੜੀਆਂ, ਉਹਨਾਂ ਨੂੰ ਸਾਨੂੰ ਸਪੋਰਟ ਕਰਨਾ ਚਾਹੀਦਾ। ਮੋਰਲ ਸਪੋਰਟ ਉਹਨਾਂ ਦੀ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਹੁਣ ਉਹ ਇੰਡੀਆ ਗਈ, ਚਲੋ ਬੇਸ਼ੱਕ ਪ੍ਰਾਈਵੇਟ ਲੋਕਾਂ ਨੇ, ਜਿੰਨੇ ਉਹਦੇ ਭਲਵਾਨ ਉਸ ਏਰੀਏ ਦੇ ਸੀ, ਪਿੰਡ ਦੇ ਸੀ, ਉਹਨਾਂ ਨੇ ਉਹਦਾ ਮਾਨ ਸਨਮਾਨ ਕੀਤਾ, ਆਪਣੇ ਵੀ ਕੁਛ। ਇਹ ਜਿਹੜਾ ਸਾਡਾ ਇੱਕ ਨੈਤਿਕ ਫਰਜ਼ ਆ ਕਿ ਇਹੋ ਜਿਹੀਆਂ ਬੱਚੀਆਂ, ਜਿਸ ਤਰ੍ਹਾਂ ਕਹਿ ਕੇ ਗਏ ਕਿ ਉਹਨਾਂ ਦੇ ਚਾਰਾਂ ਭੈਣਾਂ ਦੇ ਕੋਈ ਭਰਾ ਨਹੀਂ ਹੈਗਾ, ਪਰ ਉਹ ਚਾਰਾਂ ਦੀਆਂ ਚਾਰਾਂ ਨੇ ਕਿੰਨਾ ਨਾਮ ਕੀਤਾ। ਔਰ ਇਹ ਜ਼ਰੂਰੀ ਨਹੀਂ ਹੈਗਾ ਕਿ ਭਰਾਵਾਂ ਦੇ ਨਾਲ ਹੀ ਹੋ ਸਕਦਾ, ਕਿ ਜੇ ਅਸੀਂ ਕੁੜੀਆਂ ਨੂੰ ਮੋਰਲ ਸਪੋਰਟ ਉਹਨਾਂ ਦੇ ਪਿਓ ਨੇ ਦਿੱਤੀ, ਉਹਨਾਂ ਦੀ ਮਾਂ ਨੇ ਦਿੱਤੀ, ਤਾਂ ਉਹ ਇੱਕ ਵਧੀਆ ਮੁਕਾਮ ਵੀ ਹਾਸਲ ਕਰ ਲੈਂਦੇ ਬੱਚੇ। ਹਾਂਜੀ, ਕਾਂਸ਼ੀ ਟੀਵੀ ਦਾ ਸਵਾਗਤ ਹੈ ਜੀ ਤੁਹਾਡਾ। ਜਿਹੜਾ ਡਾਕਟਰ ਪੜ੍ਹ ਕੇ ਤੇ ਦੂਸਰੇ ਲੋਕਾਂ ਦਾ ਇਲਾਜ ਕਰਨਾ ਤੇ ਉਹ ਕਿੱਦਾਂ ਸੁਸਾਈਡ ਕਰ ਲਈ ਹੈ। ਹੁਣ ਇਹ ਆਹ ਕੁੜੀ ਕਲਕੱਤਾ ਵਿੱਚ ਮਾਰ ਦਿੱਤੀ ਹੈ ਤੇ ਇਹ ਲੋਕ ਗੱਲਾਂ ਕਰਦੇ ਆ, ਜੇ ਇਹ ਕੰਮ ਕਰਦੇ ਆ ਤਾਂ ਫਿਰ ਨਾ ਲਾਵੇ ਅੱਗੇ ਹੋਰ ਨਾ ਦਾ ਤਾਂ ਫਿਰ ਪ੍ਰਧਾਨ ਮੰਤਰੀ ਦਾ ਨੀ ਹੱਕ ਬਣਦਾ ਹੈਗਾ ਗਿਆਨ ਦੇਣ ਦਾ। ਬਿਲਕੁਲ ਜੀ ਬਿਲਕੁਲ, ਕਦੀ ਵੀ ਬੋਲਿਆ ਪ੍ਰਧਾਨ ਮੰਤਰੀ ਬਣਿਆ ਆ ਆਪਣੇ ਆਪ ਨੂੰ ਕਹਿੰਦਾ ਮੈਂ ਬਹੁਤ ਬਾਨੀਕਾਰ ਆ, ਮੈਨੂੰ ਬਹੁਤ ਪਤਾ ਸਾਰੀ ਦੁਨੀਆ ਦਾ, ਕਦੀ ਉੱਧਰ ਜਾਂਦਾ ਕਦੀ ਉੱਧਰ ਜਾਂਦਾ, ਕਦੀ ਉਹ ਬਿਆਨ ਦਿੱਤਾ ਕਿਸੇ ਦੇ ਹੱਕ ਦੇ ਵਿੱਚ ਕਿਸੇ ਕੁੜੀ ਤੇ। ਹਾਂਜੀ ਬਿਲਕੁਲ ਬਿਲਕੁਲ, ਬਿਆਨ ਦਿੱਤਾ ਉਹਦਾ ਕਹਿੰਦਾ ਲੋਕਾਂ ਨੂੰ ਕੁੜੀ ਪੜਾਓ ਬਚਾਓ ਕੁੜੀਆਂ ਨੂੰ, ਉਹਨਾਂ ਨੂੰ ਤਾਂ ਕੀ ਇਹ ਕਰਦਾ ਹੈ, ਲੋਕਾਂ ਦੀਆਂ ਕੁੜੀਆਂ ਪੜਾਉਂਦੇ ਆ ਬੇਚਾਰੇ ਕਿੱਦਾਂ ਕਰਦੇ ਚੁੱਕ ਚੁੱਕ ਕੇ, ਤਾਂ ਇਹ ਉੱਥੇ ਲੋਕ ਮਾਰੀ ਜਾਂਦੇ ਆ ਜਿਹੜੇ ਵਿੱਚ ਕੰਮ ਕਰਦੇ ਆ ਹੈ, ਏਦਾਂ ਦੇ ਬੰਦੇ ਗੁੰਡੇ ਰੱਖੇ ਹੋ ਆ। ਮਮਤਾ ਨੇ ਜੀ ਕਾਹਤੇ ਦੇਵੇ ਅਸਤੀਫਾ, ਪ੍ਰਧਾਨ ਮੰਤਰੀ ਦੇਵੇ ਤਾਂ ਪੁੱਠੇ ਸਿੱਧੇ ਕੰਮ ਕਰਦੇ ਆ, ਉਹਨਾਂ ਨੂੰ ਗਲਤ ਕੰਮ ਕਰਕੇ ਮਾਰ ਦਿੰਦੇ ਆ, ਫੇਰ ਕਹਿੰਦੇ ਉਹਨੂੰ ਸੂਰ ਸਾਡ ਕਰਦੇ ਆ, ਫਾਂਸੀ ਦੇਣੀ ਚਾਹੀਦੀ ਹੈ ਲੋਕਾਂ ਨੂੰ। ਬਿਲਕੁਲ ਬਿਲਕੁਲ, ਜਦੋਂ ਤੁਹਾਡੇ ਵਰਗੀਆਂ ਭੈਣਾਂ ਸਮਝਣ ਲੱਗ ਪਈਆਂ ਗੱਲ ਨੂੰ, ਭੈਣ ਜੀ ਇਹ ਸਮਾਜ ਬਦਲੂਗਾ, ਜ਼ਰੂਰ ਬਦਲਾਂਗੇ ਜਦੋਂ ਤੁਸੀਂ ਖੜੇ ਹੋ ਗਏ ਨਾ। ਮੈਂ ਤਾਂ ਮਣੀਪੁਰ ਦੇਖੋ ਤਾਂ ਕੀ ਹੋਇਆ ਆਪਣੀਆਂ ਧੀਆਂ ਭੈਣਾਂ ਦੇ ਨਾਲ, ਉੱਥੇ ਨੀ ਪ੍ਰਧਾਨ ਮੰਤਰੀ ਜੀ ਨਾ ਇਹਨੂੰ ਕੋਈ ਬਿਆਨ ਦਿੱਤਾ ਹੈ। ਬਿਲਕੁਲ, ਇਹਨੂੰ ਬਸ ਪਤਾ ਵੀ ਮੈਂ ਲੋਕਾਂ ਤੇ ਕਾਂਗਰਸ ਤੇ ਗਲਤ ਮਲਤ ਬਿਆਨ ਦੇਈ ਜਾਵਾਂ, ਮੈਂ ਚੌਧਰਾ ਕਰੀ ਜਾਵਾਂ, ਕਦੀ ਉਹ ਮੁਲਕ ਨੂੰ ਚੱਲ ਗਿਆ ਕਦੀ ਉਹਨੂੰ ਚੱਲ ਗਿਆ, ਪੰਜਾਬ ਦਾ ਪਤਾ ਨੀ ਇੰਡੀਆ ਦੇ ਵਿੱਚ ਕੀ ਹੋ ਰਿਹਾ ਹੈ, ਆਪਣੇ ਲੋਕਾਂ ਨਾਲ
ਵੱਧ ਚੰਗੀ ਤਰ੍ਹਾਂ ਨਹੀਂ ਥਾ ਈਵਨ ਪੰਜਾਬ ਚ ਵੀ ਕੁੜੀ ਮਾਰੀ ਸੀਗੀ ਤੇ ਨਹੀਂ ਤਾਂ ਉਹਨੂੰ ਇਨਸਾਫ਼ ਮਿਲਣਾ ਸੀਗਾ। ਆਪਣੇ ਲੋਕ ਉੱਥੇ ਸੁੱਤੇ ਪਏ ਆ, ਜਾਗਰਿਤ ਨਹੀਂ ਹੁੰਦੇ ਹੈਗੇ ਆਪਣੇ ਨਿਆਣਿਆਂ ਨੂੰ ਅਸੀਂ ਹੱਕ ਦਵਾ ਸਕੀਏ। ਬਹੁਤ ਬਹੁਤ ਭੈਣ ਜੀ ਤੁਹਾਨੂੰ ਬਹੁਤ ਹੀ ਵਿਚਾਰ ਤੁਹਾਡੇ ਵਧੀਆ ਨੇ। ਤੁਹਾਡੇ ਵਰਗੀਆਂ ਭੈਣਾਂ ਇਕੱਠੀਆਂ ਹੋ ਜਾਣ ਤਾਂ ਅਸੀਂ ਇਹ ਸਮਾਜ ਨੂੰ ਬਦਲ ਸਕਦੇ ਹਾਂ, ਜ਼ਰੂਰ ਬਦਲਾਂਗੇ। ਅਤੇ ਸਿਰਫ ਇਕੱਠੇ ਹੋਣ ਦੀ ਆ, ਸਮਝ ਬਦਲਾਉਣ ਦੀ ਹੈਗੀ ਆ। ਬਹੁਤ ਹੀ ਵਧੀਆ ਲੱਗਿਆ ਗੱਲ ਕਰਕੇ। ਦੋਸਤੋ, ਪ੍ਰੋਗਰਾਮ ਖਤਮ ਹੋਣ ਜਾ ਰਿਹਾ ਅਤੇ ਤੁਸੀਂ ਅਖੀਰ 'ਚ ਕੀ ਕਹਿਣਾ ਚਾਹੋ? ਮੈਂ ਤਾਂ ਇੱਕ ਹੀ ਗੱਲ ਕਹਾਂਗਾ, ਜਿਸ ਤਰ੍ਹਾਂ ਸਾਡੇ ਕਾਲਰ ਵਧੀਆ ਗੱਲ ਕਰਕੇ ਗਏ ਆ, ਇਸ ਤਰ੍ਹਾਂ ਆਤਮ ਵਿਸ਼ਵਾਸ ਖਾਸ ਕਰਕੇ ਬੱਚੀਆਂ ਅੰਦਰ ਭਰਨ ਦੀ ਬਹੁਤ ਜ਼ਰੂਰਤ ਆ। ਜਿੰਨਾ ਚਿਰ ਸਾਡੀਆਂ ਬੱਚੀਆਂ ਦੇ ਵਿੱਚ ਆਤਮ ਵਿਸ਼ਵਾਸ ਨਹੀਂ ਹੋਊਗਾ, ਜਦੋਂ ਉਹ ਇਹ ਮਹਿਸੂਸ ਕਰਨ ਲੱਗ ਜਾਣਗੀਆਂ ਕਿ ਅਸੀਂ ਮਰਦਾਂ ਦੇ ਬਰਾਬਰ ਸਭ ਕੁਛ ਕਰ ਸਕਦੀਆਂ, ਉਸ ਦਿਨ ਇਹੋ ਜਿਹੇ ਜਿਹੜੇ ਘਿਣਾਉਣੇ ਕਾਰਨਾਮੇ ਆਪਣੇ ਆਪ ਹੋਣ ਹਟ ਜਾਣਗੇ। ਇਹ ਜ਼ਰੂਰੀ ਆ ਕਿ ਬੱਚੀਆਂ ਨੂੰ ਸੈਲਫ ਡਿਪੈਂਡੈਂਸ ਬਣਾਓ ਔਰ ਉਹਨਾਂ ਦੇ ਅੰਦਰ ਇੰਨਾ ਵਿਸ਼ਵਾਸ ਭਰੋ ਕਿ ਉਹ ਕਿਸੇ ਤੋਂ ਡਰਨ ਨਾ, ਇਹੋ ਜਿਹੀਆਂ ਘਟਨਾਵਾਂ ਤੋਂ ਡਰਨ ਹੀ ਨਾ ਅਤੇ ਡਰ ਕੇ ਅੰਦਰ ਨਾ ਵੜਨ ਔਰ ਇਹਨਾਂ ਦੇ ਖਿਲਾਫ਼ ਲੜਨ, ਜਿਸ ਤਰ੍ਹਾਂ ਹੁਣ ਸਾਡੇ ਬੱਚੀਆਂ ਦੇ ਨਾਲ, ਕਿਉਂਕਿ ਜੇ ਉਹ ਖੜੀਆਂ ਤਾਂ ਉਹਨਾਂ ਦੇ ਨਾਲ ਹੋਰ ਆਣ ਕੇ, ਕਿਉਂਕਿ ਜਿਸ ਤਰ੍ਹਾਂ ਹੁਣ ਕੁੜੀਆਂ ਸਾਡੀਆਂ ਲੜ ਰਹੀਆਂ, ਸਾਨੂੰ ਅੱਜ ਵੀ ਲੋੜ ਹੈ ਕਿ ਉਹਨਾਂ ਦੇ ਨਾਲ ਖੜਨ ਦੀ, ਤਾਂ ਜੋ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਸਾਰੀ ਜਗ੍ਹਾ। ਇਹ ਨਹੀਂ ਗਾ ਉੱਥੇ ਇਹਨਾਂ ਮੁਲਕਾਂ ਦੇ ਵਿੱਚ ਵੀ ਜਿੱਥੇ ਕਿਤੇ ਆਪਾਂ ਨੂੰ ਇਹੋ ਜਿਹੀ ਸਮੱਸਿਆ ਦਿਖਦੀ ਆ, ਉਹਨਾਂ ਦੇ ਨਾਲ ਖੜੋ। ਦੋਸਤੋ, ਮਾਫ਼ ਕਰਨਾ, ਕਾਲ ਆਈ ਹੈ ਪਰ ਲੈ ਨਹੀਂ ਹੋਣੀ, ਟਾਈਮ ਬਹੁਤ ਘੱਟ ਹੈਗਾ ਆ। ਇੱਕ ਚਲੋ ਜੀ, ਅੱਧਾ ਮਿੰਟ ਲੈ ਲਓ ਤੁਸੀਂ। ਹਾਂਜੀ ਜੀ, ਆਇਆਂ ਨੂੰ ਹੈਲੋ। ਜੈ ਗੁਰਦੇਵ, ਭਗਵੰਤ ਪਾਲੀ, ਮੈਂ ਰਾਜਮਾਨਕ ਬੋਲਦਾ। ਹਾਂ ਮਾਨਕ ਜੀ, ਆਇਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਮੈਨੂੰ ਦੋ ਤਿੰਨ ਬੰਦੇ ਹੋਰ ਮਿਲੇ ਸੀ, ਔਰਤਾਂ ਨੇ ਆ ਕੇ ਆਪਾਂ ਨੂੰ ਪ੍ਰੋਟੈਸਟ ਕਰਦੇ ਹੁੰਦੇ ਆ, ਉਹਦੇ ਲਈ ਮੋਜੇ ਤਿਆਰੀ ਫੜੀਏ। ਹਾਂਜੀ, ਅਤੇ ਇਹੀ ਬੇਨਤੀ ਕਰਨੀ ਆ, ਇਹਦੇ ਲਈ ਥੋੜ੍ਹਾ ਟਾਈਮ ਲਾਓ ਵੀ ਆਪਾਂ ਅੱਗੇ ਬਹੁਤ ਔਰਤਾਂ ਵਾਲੇ ਮਣੀਪੁਰ ਉਰੇ ਪਰੇ ਬਹੁਤ ਆਪਾਂ ਕੀਤਾ, ਉਹਦਾ ਬੜਾ ਅਸਰ ਪੈਂਦਾ, ਅਤੇ ਆਪਾਂ 22 ਤਰੀਕ ਦੇਖਣੀ ਆ, ਉਹਦੇ ਬਾਅਦ ਆਪਾਂ ਪ੍ਰੋਟੈਸਟ ਜ਼ਰੂਰ ਕਰਨਾ ਔਰਤਾਂ ਦੇ ਹੱਕ ਵਿੱਚ। ਠੀਕ ਹੈ ਜੀ, ਜ਼ਰੂਰ। ਓਕੇ, ਥੈਂਕ ਯੂ ਮਾਨਕ ਜੀ, ਰਾਜਮਾਨਕ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਦੋਸਤੋ, ਜਿਹਨਾਂ ਸਾਡੇ ਵੀਰਾਂ ਭੈਣਾਂ ਨੇ ਅੱਜ ਸਾਡੇ ਪ੍ਰੋਗਰਾਮ 'ਚ ਹਿੱਸਾ ਲਿਆ, ਅਸੀਂ ਬਹੁਤ ਹੀ ਧੰਨਵਾਦੀ ਹਾਂ। ਖਾਸ ਕਰਕੇ ਭੈਣ ਬਲਵੀਰ ਜੀ ਦਾ, ਜਿਹਨਾਂ ਨੇ ਬਹੁਤ ਹੀ ਹੌਸਲਾ ਅਫਜਾਈ ਦੀ ਗੱਲ ਕੀਤੀ ਆ, ਮਾਣ ਆ ਉਹਨਾਂ 'ਤੇ, ਸਲੀਬਟ ਆ ਉਹਨਾਂ ਨੂੰ। ਉਹੀ ਲੋਕ ਹੀ ਹਮੇਸ਼ਾ ਜਿੱਤਦੇ ਨੇ ਜਦ ਸਮਾਜ ਨੂੰ ਬਦਲਦੇ, ਜਿਹੜੇ ਲੋਕ ਮੁਸੀਬਤਾਂ ਨਾਲ ਮੱਥਾ ਲਾਉਂਦੇ ਨੇ, ਜਿਹੜੇ ਖਤਰਾ ਮੁੱਲ ਲੈਂਦੇ ਨੇ, ਉਹੀ ਲੋਕ ਜਿੱਤਦੇ ਨੇ। ਇਹ ਜੱਗੂ ਭਗਤ ਸਿੰਘ ਜੀ ਵਰਗੇ ਨਾ ਹੁੰਦੇ, ਗਦਰੀ ਬਾਬੇ ਨਾ ਹੁੰਦੇ, ਅਸੀਂ ਆਜ਼ਾਦੀ ਦਾ ਮੂੰਹ ਨਹੀਂ ਦੇਖ ਸਕਣਾ। ਇਹ ਉਹਨਾਂ ਨੂੰ ਤੁਹਾਨੂੰ ਆਪਣੀ ਜ਼ਮੀਨਾਂ ਜਾਇਦਾਦਾਂ ਸਭ ਕੁਝ ਗਵਾਉਣਾ ਪੈਂਦਾ, ਬਹੁਤ ਖਤਰਾ ਲੈਣਾ ਪੈਂਦਾ। ਅਤੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਐਵੇਂ ਜਾਣ ਬੁੱਝ ਕੇ ਕੰਧ ਨਹੀਂ, ਇਕੱਠੇ ਹੋਵੋ, ਆਪਣੇ ਨੂੰ ਐਜੂਕੇਟ ਕਰੋ, ਜਿਵੇਂ ਡਾਕਟਰ ਅੰਬੇਦਕਰ ਜੀ ਨੇ ਕਿ ਐਜੂਕੇਟ ਕਰੋ, ਔਰਗੇਨਾਈਜ਼ ਹੋਵੋ, ਫਿਰ ਐਜੂਟੇਟ ਕਰੋ, ਫਿਰ ਸੰਘਰਸ਼ ਕਰੋ, ਇਹੀ ਰਾਹ ਆ। ਸੋ ਪ੍ਰੋਗਰਾਮ ਦਿੰਦਿਆਂ ਬਹੁਤ ਸਾਰੀਆਂ ਗਲਤੀਆਂ, ਗਲਤ ਲਫ਼ਜ਼ ਵਰਤ ਹੋ ਜਾਂਦੇ ਆ, ਕਿਸੇ ਨੂੰ ਦੁੱਖ ਪਹੁੰਚਾਵੇ, ਉਸਦੇ ਲਈ ਅਸੀਂ ਗੁਸਾਖੀ ਦੇ ਮਾਫ਼ ਹੈਗਾ। ਅਤੇ ਅਸੀਂ ਇਹ ਕਹਾਂਗੇ ਪ੍ਰੋਗਰਾਮ ਜ਼ਰੂਰ ਦੇਖ ਕਰੋ, ਸਾਨੂੰ ਚੰਗੇ ਸੁਝਾਅ ਜ਼ਰੂਰ ਦਿਆ ਕਰੋ, ਹੋਰਾਂ ਨੂੰ ਦੱਸੋ। ਅਤੇ ਅੱਜ ਜਿਸ ਤਰ੍ਹਾਂ ਗੱਲ ਚੱਲਦੀ ਵੀ ਸੀ ਔਰਤ 'ਤੇ, ਪ੍ਰੋਗਰਾਮ ਹੈ ਔਰਤ ਗੁੰਮਸ਼ੁਦਾ ਔਰਤ, ਉਹ ਪ੍ਰੋਗਰਾਮ ਡਰਾਮਾ ਜ਼ਰੂਰ ਦੇਖੋ, ਬਲੂਹਾਂਟਨ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਲੱਗੂਗਾ ਔਰਤਾਂ ਦੇ ਕੀ ਹੱਕ ਨੇ। ਸੋ ਮੇਰੇ ਵੱਲੋਂ, ਜਸਵਿੰਦਰ ਜੀ ਵੱਲੋਂ, ਆਪ ਸਭ ਨੂੰ ਜੈ ਗੁਰਦੇਵ, ਜੈ ਭੀਮ, ਜੈ ਇਨਸਾਨ, ਪਿਆਰ ਭਰੀ ਸਤਿ ਸ਼੍ਰੀ ਅਕਾਲ।